ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਤ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ। ਸ਼ੁਕਰੀਆ ਜੀ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਹੋ ਗਈ ਤੇ ਅੱਜ ਉਸ ਜ਼ਮਾਨਤ ਦੇ ਖਿਲਾਫ ED ਹਾਈ ਕੋਰਟ ਜਾਏਗੀ। ਹੁਣ ਵੇਖਣਾ ਇਹ ਬਣਦਾ ਹੈ ਕਿ ਕੀ ਹਾਈ ਕੋਰਟ ਦੇ ਵਿੱਚੋਂ ED ਨੂੰ ਕੋ ਫਾਇਦਾ ਹੁੰਦਾ ਹੈ ਕਿ ਨਹੀਂ, ਜਾਂ ਕੇਜਰੀਵਾਲ ਸਾਹਿਬ ਦੀ ਰਾਹਤ ਬਰਕਰਾਰ ਰਹਿੰਦੀ ਹੈ। ਕੁਦਰਤੀ ਤੌਰ ਤੇ ਮਾਮਲਾ ਸੁਪਰੀਮ ਕੋਰਟ ਤੱਕ ਜਾਏਗਾ, ਲੇਕਿਨ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਰਾਹਤ ਮਿਲ ਗਈ ਹੈ, ਔਰ ਇਸ ਰਾਹਤ ਦੇ ਨਾਲ ਨਾਲ ਪੰਜਾਬ ਦੇ ਵਿੱਚ ਕੱਲ ਸ਼ਾਮ ਨੂੰ ਜਸ਼ਨ ਹੋਇਆ। ਪਾਰਟੀ ਦੇ ਦਫ਼ਤਰ ਵਿੱਚ ਮੁੱਖ ਮੰਤਰੀ ਦਾ ਵੀ ਬਿਆਨ ਆਇਆ, ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਖੁਸ਼ੀ ਜ਼ਾਹਰ ਕੀਤੀ ਹੈ, ਪਰ ਕੈਬਨਿਟ ਦੇ ਅੰਦਰ ਇੱਕ ਸੰਸੇ ਵੀ ਨੇ। ਇੱਕ ਵਾਰੀ ਫਿਰ ਕੈਬਨਿਟ ਦੇ ਵਿੱਚ ਰੀਸ਼ਫਲ ਦੀ ਗੱਲ, ਰੱਦੋ ਬਦਲ ਦੀ ਗੱਲ ਤੁਰ ਪਈ ਹੈ, ਔਰ ਜਿਵੇਂ ਪਿੱਛੇ ਮੁਲਾਂਕਣ ਹੋਏ ਨੇ, ਜਿਸ ਤਰੀਕੇ ਨਾਲ ਇਲੈਕਸ਼ਨ ਦੇ ਵਿੱਚ ਕਾਰਗੁਜ਼ਾਰੀ ਰਹੀ ਹੈ, ਨਤੀਜੇ ਆਏ ਆ, ਉਸ ਤੋਂ ਬਾਅਦ ਇੱਕ ਵੱਡੇ ਰੱਦੋ ਬਦਲ ਦੀ ਕਨਸੋ ਹੈ। ਔਰ ਇਹਦੇ ਵਿੱਚ ਇਹ ਵੀ ਇੱਕ ਸਵਾਲ ਉੱਠ ਰਿਹਾ ਕਿ ਕੀ ਕਿਸੇ ਜਗ੍ਹਾ ਤੇ ਪਾਰਟੀ ਦੇ ਅੰਦਰ ਜਾਂ ਸਰਕਾਰ ਦੇ ਅੰਦਰ ਇਹ ਵੀ ਫੀਲ ਸੀਗੀ ਕਿ ਸਾਡੇ ਨਾਲ ਦਲਿਤ ਜਾਂ ਹਿੰਦੂ ਜ਼ਿਆਦਾ ਨਹੀਂ ਚੱਲੇ, ਤਾਂ ਫਿਰ ਕੀ ਕਿਸੇ ਦਲਿਤ ਨੂੰ ਡੈਪਟੀ CM ਵੀ ਲਾਇਆ ਜਾ ਸਕਦਾ, ਕਿਸੇ ਹਿੰਦੂ ਨੂੰ ਵੀ ਪ੍ਰਮੋਟ ਕੀਤਾ ਜਾ ਸਕਦਾ? ਤੇ ਦਲਿਤ CM ਦੇ ਨਜ਼ਰੀਏ ਤੋਂ, ਡੈਪਟੀ CM ਦੇ ਨਜ਼ਰੀਏ ਤੋਂ ਜੇ ਗੱਲ ਕਰੀਏ ਤਾਂ ਹਰਪਾਲ ਸਿੰਘ ਚੀਮਾ ਕੁਦਰਤੀ ਤੌਰ ਤੇ ਦੂਜੇ ਨੰਬਰ ਤੇ ਆਲਰੇਡੀ ਬੈਠੇ ਹੋਇਆ, ਕੀ ਉਹਨਾਂ ਦੀ ਪ੍ਰਮੋਸ਼ਨ ਹੋ ਜਾਊਗੀ? ਇਹਨਾਂ ਸਾਰੇ ਸਵਾਲਾਂ ਨੂੰ ਐਡਰੈਸ ਕਰਦੇ ਹਾਂ। ਦੂਜਾ ਮਾਮਲਾ ਆਪਾਂ ਲੈਂਦੇ ਹਾਂ ਜਲੰਧਰ ਦੀ ਚੋਣ ਦਾ। ਜਲੰਧਰ ਵੈਸਟ ਵਿੱਚ ਸਰਗਰਮੀ ਵੱਧ ਗਈ, ਕੱਲ ਉੱਥੇ ਸ਼ੀਤਲ ਉਂਗਰਾਲ ਨੇ ਕਾਗਜ਼ ਦਾਖਲ ਕਰਦੇ ਆ। ਹੁਣ ਇਸ ਇਲੈਕਸ਼ਨ ਦੇ ਵਿੱਚ ਨਵੀਆਂ ਸਫਬੰਦੀਆਂ ਪਾਰਟੀਆਂ ਚ ਦੇਖਣ ਨੂੰ ਮਿਲ ਰਹੀਆਂ। ਰਵਨੀਤ ਸਿੰਘ ਬਿੱਟੂ ਕੱਲ ਸੈਂਟਰ ਸਟੇਜ ਵਿੱਚ ਸੀਗੇ, ਉਹ ਮਿਨਿਸਟਰ ਆਫ ਸਟੇਟ ਨੇ ਯੂਨੀਅਨ ਕੈਬਨਿਟ ਦੇ ਵਿੱਚ, ਤੇ ਉਹਨਾਂ ਦਾ ਹਾਜ਼ਰ ਰਹਿਣਾ, ਔਰ ਹਾਜ਼ਰ ਇੱਕੋ ਜਗ੍ਹਾ ਨਹੀਂ, ਉਹਨਾਂ ਦਾ ਰੋਡ ਸ਼ੋਅ ਦੇ ਵਿੱਚ ਵੀ, ਮਤਲਬ ਮੇਨ ਲੀਡਰ ਵਜੋਂ ਅੱਗੇ ਵੱਧ ਰਹੇ ਨੇ। ਕੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਤੁਸੀਂ ਹੁਣ ਪੰਜਾਬ ਦੇਖੋ, ਜਾਂ ਕੁਦਰਤੀ ਤੌਰ ਤੇ ਸਿਆਸਤ ਵਿੱਚ ਮੰਨਿਆ ਜਾਂਦਾ ਕਿ ਕੋਈ ਬਾਂਹ ਫੜ ਕੇ ਨਾ ਅੱਗੇ ਲਿਆਉਂਦਾ ਨਾ ਪਿੱਛੇ, ਜਿਹੜਾ ਬੰਦਾ ਅੱਗੇ ਹੋ ਕੇ ਕੰਮ ਕਰਨਾ ਸ਼ੁਰੂ ਕਰਦੇ ਉਹੀ ਸੈਂਟਰ ਸਟੇਜ ਵੀ ਆ ਜਾਂਦਾ? ਤੇ ਕੱਲ ਇਹਨਾਂ ਦੇ ਪ੍ਰਦੇਸ਼ ਪ੍ਰਧਾਨ ਨਦਾਰਤ ਸੀਗੇ। ਦੂਜੇ ਪੰਨੇ ਕਾਂਗਰਸ ਪਾਰਟੀ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਨੇ ਪੱਕਾ ਡੇਰਾ ਉੱਥੇ ਲਾ ਲਿਆ, ਇਹ ਵੀ ਇੱਕ ਸਫਬੰਦੀ ਹੈ। ਪਾਰਟੀ ਦੇ ਵਿੱਚ ਉਭਾਰ ਹੋਣਾ ਇਹ ਤੌਰ ਤਰੀਕੇ ਹੁੰਦੇ ਨੇ। ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਬਟਾਲਾ ਮੇਨ ਫੋਕਸ ਵਿੱਚ ਨੇ, ਤੇ ਸਟੇਟ ਦੀ ਜਿਹੜੀ ਪੋਲਿਟਿਕਸ ਆ ਅਕਾਲੀ ਦਲ ਦੀ, ਉਹਦੇ ਵਿੱਚ ਜਿਸ ਤਰ੍ਹਾਂ ਦੀ ਪੈਂਤੜੇਬਾਜ਼ੀ ਆ, ਇਹਨਾਂ ਦੋਵਾਂ ਦੇ ਰੋਲ ਨੂੰ ਦੁਆਬੇ ਦੇ ਵਿੱਚ ਆਪਾਂ ਦੇਖ ਰਹੇ ਹਾਂ। ਸੋ ਇਹਦੇ ਵਿੱਚ ਕੀ ਹਰਪਾਲ ਚੀਮਾ ਨੂੰ ਵੀ ਅੱਗੇ ਲਾਤਾ ਜਾਊਗਾ ਇੱਕ ਦਲਿਤ ਸੀਟ ਕਰਕੇ, ਜਿਵੇਂ ਪਿਛਲੀ ਵਾਰੀ ਸੁਸ਼ੀਲ ਕੁਮਾਰ ਰਿੰਕੂ ਜਿਮਨੀ ਚੋਣ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਡਿਊਟੀ ਲਾਈ ਗਈ ਸੀਗੀ? ਹੁਣ ਇਹਦੇ ਅੱਗੇ ਚੱਲਦੇ ਆ ਕਿ ਕਾਂਗਰਸ ਵਿੱਚ ਕੀ ਸਭ ਅੱਛਾ ਹੈ, ਕੀ ਕਾਂਗਰਸ ਦੇ ਵਿੱਚ ਜਿਹੜੇ ਥੋੜੀ ਜਿਹੀ ਵੱਖਰੀ ਸੁਰ ਰੱਖਦੇ ਸੀ ਉਹਨਾਂ ਨੂੰ ਝਿੜਕਤਾ ਗਿਆ, ਕਿ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ, ਸਟੇਟ ਦੇ ਇੰਚਾਰਜ ਜਿਹੜੇ ਦਵਿੰਦਰ ਯਾਦਵ ਦਿੱਲੀ ਤੋਂ ਆਉਂਦੇ ਨੇ, ਕਿ ਉਹਨਾਂ ਨੇ ਪਾਰਟੀ ਦੇ ਵਿੱਚ ਸਾਫ਼ ਕਰਤਾ ਕਿ ਜੋ ਕਹਿਣਾ ਅੰਦਰ ਕਹੋ, ਬਾਹਰ ਬਿਲਕੁਲ ਨਾ ਕਹੋ, ਨਹੀਂ ਤਾਂ ਹੀਟ ਫੇਸ ਕਰਨ ਲਈ ਤਿਆਰ ਹੋ? ਇਹ ਸਾਰੇ ਸਵਾਲ ਕਰਦੇ ਹਾਂ ਆਪਾਂ ਐਡਰੈਸ। ਵੈਸੇ ਕਿਉਂਕਿ ਸਾਡਾ ਰੋਜ਼ ਦਾ ਆਪਣਾ ਸਾਰਿਆਂ ਦਾ ਵਾਅ ਹੈ, ਬਿਜਲੀ ਦੇ ਕੱਟ ਲੱਗਣਗੇ, ਇਹ ਚ ਕੋਈ ਦੋ ਰਾਵਾਂ ਨਹੀਂ। ਜੇ ਤਾਂ ਮੌਨਸੂਨ ਠੀਕ ਰਿਹਾ, ਬਾਰਿਸ਼ ਬੁਰਸ਼ ਹੁੰਦੀ ਰਹੀ, ਠੀਕ ਆ। ਅਦਰਵਾਈਜ਼ ਪਾਵਰਕੌਮ ਨੂੰ, PSPCL ਨੂੰ ਕਹਿਤਾ ਗਿਆ ਕਿ ਲੋਡ ਪੈਣ ਤੇ ਕੱਟ ਛੱਟ ਲਾ ਲਓ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਵੈਸੇ ਅਸੀਂ ਜੇ ਥੋੜਾ ਜਿਹਾ ਹੋਰ ਅੱਗੇ ਜਾਵਾਂਗੇ, ਦੋ ਖ਼ਬਰਾਂ ਨੇ। ਇੱਕ ਤਾਂ ਕਿਸਾਨ ਜਥੇਬੰਦੀਆਂ ਨੇ ਪਾਰਲੀਮੈਂਟ ਦੇ ਆਉਣ ਵਾਲੇ ਸੈਸ਼ਨ, ਜਿਹੜਾ ਪਹਿਲਾ ਸੈਸ਼ਨ ਹੋਊਗਾ, ਕਿ ਇਹਦੇ ਲਈ ਨਵੀਂ ਤਿਆਰੀ ਵੱਢੀ ਆ, ਕਿ ਕੋਈ ਪ੍ਰਾਈਵੇਟ ਮੈਂਬਰ ਬਿੱਲ ਵੀ ਲਿਆਂਦਾ ਜਾ ਰਿਹਾ MSP ਦੀ ਕਾਨੂੰਨੀ ਗਰੰਟੀ ਨੂੰ ਲੈ ਕੇ, ਇਹਨੂੰ ਵੀ ਐਡਰੈਸ ਕਰਦੇ ਆ। ਤੇ ਵੈਸੇ ਰਾਹੁਲ ਗਾਂਧੀ ਦੀ ਇੱਕ ਟਿੱਪਣੀ ਬੜੀ ਦਿਲਚਸਪ ਆ, ਉਹ ਕਹਿੰਦੇ ਪ੍ਰਧਾਨ ਮੰਤਰੀ ਮਾਨਸਿਕ ਤੌਰ ਤੇ ਟੁੱਟ ਕੇ ਲੱਗਦੇ ਆ, ਕੋਈ ਚੁੱਪ ਚੁੱਪ ਨੇ, ਇਹਨੂੰ ਵੀ ਆਪਾਂ ਸਮਝਦੇ ਆ।
ਤੇ ਮੈਂ ਸਭ ਤੋਂ ਪਹਿਲਾਂ ਜੇ ਸਾਹਿਬ ਹਮੀਰ ਸਿੰਘ ਜੀ ਗੱਲ ਤੋਰਾਂ, ਕੇਜਰੀਵਾਲ ਸਾਹਿਬ ਦੀ ਅੱਜ ਜ਼ਮਾਨਤ, ਉਹਨਾਂ ਨੂੰ ਜੇਲ੍ਹ ਚੋਂ ਰਿਹਾਈ ਮਿਲ ਜੂਗੀ, ਜ਼ਮਾਨਤ ਕੱਲ੍ਹ ਹੋ ਗਈ। ਵੈਸੇ ਇਹ ਇੱਕ ਥੋੜ੍ਹਾ ਜਿਹਾ ਵੱਖਰਾ ਵਰਤਾਰਾ ਹੋਇਆ, ਕਿਸੇ ਕਿਸੇ ਵੇਲੇ ਤੁਸੀਂ ਵਿਅਕਤੀਗਤ ਤੌਰ ਤੇ ਜਦੋਂ ਦੇਖਦੇ ਹੋ, ਜਿੱਥੇ ਸੁਪਰੀਮ ਕੋਰਟ ਨੇ ਵੀ ਨਾ ਕੀਤੀ ਸੀ, ਉੱਥੇ ਇੱਕ ਬਿਲਕੁਲ ਥੱਲੇ ਦੀ ਅਦਾਲਤ ਨੇ, ਇੱਕ ਜਿਹੜੇ ਜੱਜ ਹੋਣਗੇ ਉਹਨਾਂ ਨੇ ਬੜੇ ਸਾਫ਼ ਤੌਰ ਤੇ ਈਡੀ ਨੂੰ ਮਨਾ ਕਰਕੇ ਕੇਜਰੀਵਾਲ ਨੂੰ ਰਾਹਤ ਦਿੱਤੀ। ਅੱਜ ਈਡੀ ਜਾਊਗੀ ਹਾਈਕੋਰਟ ਦੇ ਵਿੱਚ, ਇੱਕ ਤਾਂ ਇਹ ਪਹਿਲੂ ਆ। ਦੂਜਾ, ਪੰਜਾਬ ਦੇ ਉੱਤੇ ਕੀ ਅਸਰ ਨੇ ਕੇਜਰੀਵਾਲ ਸਾਹਿਬ ਦੇ ਆਉਣ ਦੇ, ਰੱਦੋ ਬਦਲ ਦੀਆਂ ਕਨਸੋਆਂ ਨਾਲ ਹੀ ਤੁਰ ਪਈਆਂ? ਬਿਲਕੁਲ, ਕੱਲ੍ਹ ਜ਼ਮਾਨਤ ਹੋ ਗਈ ਹੈ ਤੇ ਅੱਜ ਕਹਿੰਦੇ ਨੇ ਕਿ 11-12 ਵਜੇ ਤੱਕ, ਦੁਪਹਿਰ ਤੱਕ ਬਾਹਰ ਆਉਣ ਦੇ ਉਹਨਾਂ ਦੀ ਸੰਭਾਵਨਾ, ਜੇਕਰ ਹਾਈਕੋਰਟ ਜਿਹੜੀ ਈਡੀ ਜਾਣ ਦੀ ਤਿਆਰੀ 'ਚ ਹੈ, ਕਿਉਂਕਿ ਉਹ ਇਸ ਐਂਗਲ ਤੋਂ ਲੱਗਦਾ ਕਿ ਈਡੀ ਨੇ ਰਿਕੁਐਸਟ ਕੀਤੀ ਸੀ ਅਦਾਲਤ ਨੂੰ, ਜਿਹਨਾਂ ਨੇ ਜ਼ਮਾਨਤ ਦਿੱਤੀ ਹੈ, ਜਿਹੜੇ ਵੋਕੇਸ਼ਨਲ ਜੱਜ ਸੀਗੇ, ਕਿ 48 ਘੰਟੇ ਸਟੇਅ ਕਰ ਦਿਓ, ਇਹ ਆਰਡਰ 48 ਘੰਟੇ ਬਾਅਦ ਇੰਪਲੀਮੈਂਟ ਕਰ ਲਿਓ, ਅਸੀਂ ਸਾਰੀਆਂ ਲੀਗਲ ਜਿਹੜੀਆਂ ਕਾਨੂੰਨੀ ਸਾਡੇ ਕੋਲ ਚਾਰਾ ਜੋਈ ਆ ਉਹ ਹੋਰ ਕਰ ਲਈਏ। ਕਾਨੂੰਨੀ ਚਾਰਾ ਜੋਈ ਦਾ ਆਪਣਾ ਮਤਲਬ ਹੈ ਕਿ ਉਹ ਹਾਈਕੋਰਟ ਜਾ ਕੇ ਕਹਿਣ ਵੀ ਇਹ ਨਹੀਂ ਜ਼ਮਾਨਤ ਹੋਣੀ ਚਾਹੀਦੀ, ਪਰ ਜੱਜ ਨੇ ਉਹਨਾਂ ਦੀ ਸੁਣੀ ਨਹੀਂ ਤੇ ਉਹਨੇ ਕਿਹਾ ਵੀ ਨਹੀਂ ਜੀ, ਜ਼ਮਾਨਤ ਹੈ ਤੇ ਜ਼ਮਾਨਤ। ਹੁਣ ਸਭ ਤੋਂ ਬੜੇ ਕੁਐਸਚਨ ਤਾਂ ਇਹੀ ਪੈਦਾ ਹੁੰਦੇ ਨੇ ਕਿ ਇਹਨਾਂ ਇਸੇ ਸਾਰੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੱਕ ਇੱਕ ਲੈਵਲ ਦੇ ਪ੍ਰਾਈਮਾ ਫੇਸੀ ਜਿਹਨੂੰ ਕਿਹਾ ਜਾਂਦਾ, ਮੁੱਢਲੇ ਰੂਪ 'ਚ ਮੁੱਢਲੀ ਜਾਚੇ ਜਿਹੜਾ ਦੇਖਿਆ ਜਾਂਦਾ, ਕਿ ਉਹ ਮੰਨਣ, ਇਹ ਮੰਨ ਕੇ ਹੀ ਅੱਗੇ ਤੁਰਿਆ ਨਾ ਕੇਸ, ਵੀ ਹਾਂ ਹੈ ਗੱਲ ਤਾਂ ਕੋਈ, ਅੱਗੇ ਤੋਰੀ ਜਾ ਸਕਦੀ ਆ, ਅੱਗੇ ਇਨਵੈਸਟੀਗੇਟ ਕੀਤੀ ਜਾ ਸਕਦੀ ਆ, ਅੱਗੇ ਗੱਲ ਕੀਤੀ ਜਾ ਸਕਦੀ ਆ। ਤੇ ਹੁਣ ਆ ਕੇ ਲੋਅਰ ਕੋਰਟ ਦੇ ਵਿੱਚ ਇਹ ਹੋ ਗਿਆ, ਮਤਲਬ ਉਹ ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਕਿ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜ਼ਮਾਨਤ ਕਿਹੜੇ ਉਹਦੇ ਚ ਮਿਲੀ, ਕੀ ਗੱਲ ਹੋਈ, ਇਹ ਜ਼ਿਆਦਾ ਇੰਪੋਰਟੈਂਟ ਹੈ। ਸੈਕਸ਼ਨ 45 ਜਿਹੜਾ ਉਹ ਇਹ ਕਹਿੰਦਾ ਕਿ ਜੱਜੇ ਦਾ ਮਤਲਬ ਦੋ ਗੱਲਾਂ ਤੇ ਸਹਿਮਤੀ ਜੱਜ ਨੂੰ ਜਾਂ ਅਦਾਲਤ ਨੂੰ ਲੱਗੀ ਹੈ, ਇੱਕ ਇਹ ਕਿ ਬੰਦੇ ਦਾ ਮੁੱਢਲੇ ਰੂਪ 'ਚ ਦੇਖੇ ਕੋਈ ਐਕਸਾਈਜ਼ ਪਾਲਿਸੀ ਜਾਂ ਉਹਦੇ ਘਪਲੇ ਦੇ ਵਿੱਚ ਕੋਈ ਦੋਸ਼ ਨਜ਼ਰ ਲੱਗਦਾ ਨਹੀਂ ਹੈ। ਦੂਜਾ ਇਹ ਕਿ ਇਹ ਇਦੂ ਬਾਅਦ ਜੇ ਜ਼ਮਾਨਤ ਛੱਡਤਾ ਹੈ ਤਾਂ ਵੀ ਕੋਈ ਹੇਰਾਫੇਰੀ ਜਾਂ ਕੋਈ ਉਹਦੇ 'ਚ ਗੜਬੜ ਨਹੀਂ ਕਰੂਗਾ। ਇਦੂ ਪਹਿਲਾਂ ਤਾਂ ਈਡੀ ਇਹੀ ਕਹਿੰਦੀ ਰਹੀ ਸਾਰਿਆਂ ਦੇ ਮਾਮਲੇ 'ਚ ਨਾ, ਵੀ ਇਹ ਪ੍ਰਭਾਵਸ਼ਾਲੀ ਬੰਦੇ ਨੇ, ਜਾ ਕੇ ਖਰਾਬ ਕਰਨਗੇ ਤੇ ਗਵਾਹ ਵੀ ਮੁਕਰਾ ਸਕਦੇ ਨੇ, ਇਹ ਦਸਤਾਵੇਜ਼ ਵੀ ਆਹ ਕਰ ਸਕਦੇ ਨੇ ਬਾਕੀ। ਔਰ ਉਹ ਇਹ ਵੀ ਕਹਿੰਦੇ ਨੇ ਸਾਡੇ ਕੋਲ ਚੈਟਿੰਗ ਹੈ, ਸਾਡੇ ਕੋਲ ਸਬੂਤ ਨੇ, ਸਾਰਾ ਕੁਝ ਈਡੀ ਇਹ ਕਹਿੰਦੀ ਰਹੀ ਹੈ। ਇਸ ਹਾਲਾਤ ਦੇ ਵਿੱਚ ਇਹ ਗੱਲ ਹੋਣਾ, ਇਹ ਆਪਣੇ ਆਪ ਦੇ ਵਿੱਚ ਇੱਕ ਇੰਟਰਸਟਿੰਗ ਪਹਿਲੂ ਇੰਡੀਅਨ ਜੁਡੀਸ਼ਲ ਸਿਸਟਮ ਦੇ ਵਿੱਚ ਦੇਖਿਆ ਜਾਊ। ਔਰ ਨਾਲ ਦੀ ਨਾਲ ਦੂਜਾ ਇਹ ਵੀ ਪਹਿਲੂ ਦੇਖਿਆ ਜਾਂਦਾ, ਇਹ ਮਨੀਸ਼ ਸਿਸੋਦੀਆ ਦਾ ਕੀ ਬਣ ਰਿਹਾ, ਕਿਉਂ ਹੈ, ਉਹੀ ਕੇਸ ਆ, ਉਹੀ ਸੈਟਅਪ ਹੈ, ਤੇ ਇਹੋ ਜਿਹਾ ਕੀ ਇਹ ਈਡੀ ਕੋਲ ਜ਼ਿਆਦਾ ਹੈ, ਜਿਹੜਾ ਉਹਦੇ ਕੋਲ, ਜਿਹੜਾ ਕੇਜਰੀਵਾਲ ਦੇ ਮਾਮਲੇ 'ਚ ਫਿਰ ਨਹੀਂ ਸੀ, ਜਿਹੜਾ ਸੰਜੇ ਸਿੰਘ ਦੇ ਮਾਮਲੇ 'ਚ ਨਹੀਂ ਸੀ, ਜਿਹੜਾ ਵੱਖ ਵੱਖ ਮਾਮਲਿਆਂ ਦੇ ਵਿੱਚ ਨਹੀਂ ਸੀ, ਤਾਂ ਇਹ ਇਸ਼ੂ ਹੈਗਾ ਹੀ ਆ ਉਸ ਲੈਵਲ ਦੇ ਉੱਤੇ। ਤੇ ਦੂਜੀ ਗੱਲ ਇਹ ਹੈ ਕਿ ਇੱਕ ਇਹਨਾਂ ਨੇ ਫੈਸਲਾ ਕੀਤਾ ਸੀ ਸ਼ੁਰੂ ਤੋਂ, ਹਾਲਾਂਕਿ ਮੈਨੂੰ ਲੱਗਦਾ ਕਿ ਉਹਦਾ ਲਾਸ ਵੀ ਹੋਇਆ ਇੱਕ ਲੈਵਲ ਦੇ ਉੱਤੇ, ਕਿ ਅਸੀਂ ਜੇਲ੍ਹ 'ਚੋਂ ਹੀ ਸਰਕਾਰ ਚਲਾਵਾਂਗੇ, ਜੇਲ੍ਹ 'ਚੋਂ ਸਰਕਾਰ ਚੱਲਣੀ ਤਾਂ ਬੰਦ ਹੋ ਗਈ ਸੀ। ਦੇਖੋ ਸਰਕਾਰਾਂ ਜੇਲ੍ਹਾਂ 'ਚੋਂ ਕਿਵੇਂ ਚੱਲਦੀਆਂ ਨੇ, ਜਦ ਕੋਈ ਕੈਬਨਿਟ ਨਹੀਂ ਹੋਣੀ, ਕੋਈ ਗੱਲ ਨਹੀਂ ਹੋਣੀ ਪ੍ਰੈਕਟੀਕਲੀ, ਊਂ ਜੋ ਮਰਜ਼ੀ ਹੈਪੋਥੈਟੀਕਲ ਕਾਲਪਨਿਕ ਆਰਡਰ ਤੁਸੀਂ ਕਰੀ ਜਾਓ। ਔਰ ਇਹ ਵੀ ਇੱਕ ਪਹਿਲੂ ਹੈ, ਨਾਲ ਦੀ ਨਾਲ ਦੂਜਾ ਪਹਿਲੂ ਇਹ ਵੀ ਹੈ ਕਿ ਇੰਪੋਰਟੈਂਟ, ਨਾ ਕੇਂਦਰ ਦੀ ਸਰਕਾਰ, ਨਾ ਈਡੀ ਤੇ ਨਾ ਕੇਜਰੀਵਾਲ, ਇਹਨਾਂ ਵੱਲੋਂ ਸਿਹਤ ਸੂਦ ਦੇ ਮਾਮਲੇ ਸਾਰੇ ਉੱਡ ਗਏ ਕਾਫੀ ਲੰਮਾ ਸਮਾਂ ਤੋਂ, ਹੁਣ ਰਿਹਾ ਹੀ ਨਹੀਂ, 2 ਜੂਨ ਤੋਂ ਬਾਅਦ ਤਾਂ ਘੱਟੋ ਘੱਟ ਇਹ ਮੁੱਦਾ ਹੀ ਨਹੀਂ ਉੱਭਰਿਆ ਕਦੇ, ਵੀ ਇਹ ਕੋਈ ਗੱਲ ਵੀ ਹੈ ਜਾਂ ਨਹੀਂ ਹੈ ਜਾਂ ਕੀ ਗੱਲ। ਇਹਦਾ ਮਤਲਬ ਪੋਲੀਟੀਕਲ ਫਾਈਟ ਹੁੰਦੀ ਹੈ ਜਿਹੜੀ, ਉਹ ਕਿਸ ਤਰੀਕੇ ਦੀ ਹੁੰਦੀ ਹੈ, ਕਿਸ ਕਿਹੜੀ ਚੀਜ਼ ਨੂੰ ਕਿਵੇਂ ਉਭਾਰਨਾ, ਇਹ ਬਹੁਤ ਮੈਟਰ ਕਰਦੀ ਹੈ। ਹੁਣ ਕੇਜਰੀਵਾਲ ਉਹਨੇ ਬਾਹਰ ਆ ਗਏ ਨੇ, ਇਦੋਂ ਪਹਿਲਾਂ ਇਹ ਜਾਂਦੇ ਸੀ ਕਦੇ ਕਦੇ ਮਿਲ, ਭਗਵੰਤ ਮਾਨ ਉਹ ਨਹੀਂ ਜਾ ਕੇ ਆਏ ਨਾ ਚੋਣਾਂ ਤੋਂ ਬਾਅਦ, ਉਦੋਂ ਮੰਨਿਆ ਜਾ ਰਿਹਾ ਸੀਗਾ ਵੀ ਸ਼ਾਇਦ ਕੋਈ
ਮਿਨਿਸਟਰੀ ਦੇ ਵਿੱਚ ਰੀਸ਼ਫਲਿੰਗ ਲਈ ਗੱਲ ਕਰਕੇ ਆਏ ਨੇ ਜਾਂ ਕੋਈ ਗੱਲ ਹੋਰ ਹੋ ਰਹੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੀਆਂ ਪੈਰਲਲ ਕੁਝ ਮੀਟਿੰਗਾਂ ਹੋਈਆਂ ਤੇ ਰਾਘਵ ਚੱਡੇ ਨੇ ਵੀ ਇੱਕ ਮੀਟਿੰਗ ਆਪਣੇ ਲੈਵਲ ਤੇ ਕੀਤੀ, ਸੰਦੀਪ ਪਾਠਕ ਨੇ ਕੀਤੀ ਤੇ ਭਗਵੰਤ ਮਾਨ ਆਪਣੇ ਲੈਵਲ ਤੇ ਕਰ ਰਹੇ ਸੀ, ਤੇ ਉਹਨਾਂ ਨੂੰ ਸਾਰੀ ਫੀਡਬੈਕ ਜਿਹੜੀ ਹੈ ਉਹ ਅਲੱਗ ਅਲੱਗ ਮਾਮਲਿਆਂ ਦੇ ਵਿੱਚ ਦੇਣ ਤੋਂ ਬਾਅਦ ਹੀ ਕੋਈ ਗੱਲ ਹੋਏਗੀ, ਤਾਂ ਕਿ ਇੱਕ ਬੈਲੈਂਸ ਅਪਰੋਚ ਜਿਹੜੀ ਉੱਥੇ ਚਲੀ ਜਾਏ। ਹੁਣ ਕਿਉਂਕਿ ਉਹ ਬਾਹਰ ਆ ਗਏ, ਹੁਣ ਡਾਇਰੈਕਟਲੀ ਪਾਰਟੀ ਮੀਟਿੰਗ ਬੁਲਾਉਣਾ, ਚਾਹੇ ਪੰਜਾਬ ਵਾਲਿਆਂ ਦੀ ਬੁਲਾਉਣਾ ਚਾਹੇ ਦਿੱਲੀ ਵਾਲਿਆਂ ਦੀ ਬੁਲਾਉਣਾ, ਕੋਈ ਬਹੁਤ ਉਹ ਗੱਲ ਨਹੀਂ ਹੈ। ਹੁਣ ਉਹ ਡਾਇਰੈਕਟਲੀ ਸ਼ਾਇਦ ਹੋ ਸਕਦਾ ਕਨਵੀਨ ਵੀ ਕਰਨ ਇਕੱਲੀ ਮੀਟਿੰਗ, ਕਿਉਂਕਿ ਉਦੋਂ ਬਾਅਦ PAC ਵੀ ਇਹਨਾਂ ਦੀ ਨਹੀਂ ਹੋਈ, ਬਾਕੀ ਵੀ ਨਹੀਂ ਹੋਈ, ਉਹਦੇ 'ਚ ਜਿਹੜਾ ਰਿਵਿਊ ਹੋਏਗਾ ਉਹਦੇ 'ਚੋਂ ਪੰਜਾਬ ਦਾ ਵੀ ਇੱਕ ਗੱਲ ਸ਼ਾਇਦ ਨਿਕਲੇ, ਕਿਉਂਕਿ ਜਦੋਂ ਤੁਸੀਂ ਦੁਬਾਰਾ ਆਉਂਦੇ ਹੋ ਕਿਸੇ ਚੋਣ ਦਾ ਰਿਵਿਊ ਕਰਕੇ ਤਾਂ ਕੁੱਝ ਨਾ ਕੁੱਝ ਤਾਂ ਤੁਹਾਨੂੰ ਦਰਸਾਉਣਾ ਵੀ ਪੈਂਦਾ ਵੀ ਇੱਥੇ ਕਮਜ਼ੋਰੀ ਸੀ ਆ ਅਸੀਂ ਬਦਲਤਾ, ਇੱਥੇ ਕਮਜ਼ੋਰੀ ਸੀ ਆ ਬਦਲਤਾ, ਕੁਝ ਤਾਂ ਟਰਾਂਸਫਰਾਂ ਤੁਸੀਂ ਪੁਲਿਸ ਵਾਲਿਆਂ ਦੀਆਂ ਤਾਂ ਵੱਡੇ ਪੱਧਰ ਤੇ ਕਰਤੀਆਂ। ਹਾਲਾਂਕਿ ਪਹਿਲਾਂ ਕਹਿੰਦੇ ਸ਼ਾਇਦ ਇਹ ਡਰੱਗ ਦਾ ਮਾਮਲਾ, DGP ਨੇ ਕਲੀਅਰ ਕੀਤਾ, ਕਹਿੰਦੇ ਜੀ ਇੱਕ ਇੰਟਰਵਿਊ 'ਚ ਵੀ ਇਹ ਡਰੱਗ ਦਾ ਕੋਈ ਮਾਮਲਾ ਨਹੀਂ ਇਹਦੇ 'ਚ, ਨਹੀਂ ਤਾਂ ਫਿਰ ਰੌਲਾ ਇਹ ਪੈ ਜਾਂਦਾ ਵੀ 10,000 ਬੰਦਾ ਬਦਲਿਆ ਤਾਂ ਮਤਲਬ ਡਰੱਗ ਦੇ ਮਾਮਲੇ 'ਚ ਉਹ ਨੇੜੇ ਤੇੜੇ ਫਿਰਦਾ ਕਿਤੇ, ਉਹਦੇ ਨਾਲ ਕੋਈ ਗੱਲ ਇਸ ਲੈਵਲ ਦੀ ਹੋ ਰਹੀ ਹੈ, ਜਾਂ ਉਹਨੇ ਕਿਹੜਾ ਕੰਮ ਨਹੀਂ ਕੀਤਾ ਸਰਕਾਰ ਦੇ ਕਹੇ ਤੇ ਜਾਂ ਬਾਕੀ ਦੀਆਂ ਚੀਜ਼ਾਂ। ਫਿਰ ਡਿਪਟੀ ਕਮਿਸ਼ਨਰਾਂ ਨੂੰ ਵੀ ਕਿਹਾ, ਹੁਣ ਇਹ ਮਾਮਲਾ ਜਿਹੜਾ ਦੂਸਰਾ ਹੈ ਡਿਪਟੀ ਚੀਫ ਮਿਨਿਸਟਰ ਦਾ, ਇਹ ਇਦੋਂ ਪਹਿਲਾਂ ਬਹੁਤ ਵੱਡੇ ਪੱਧਰ ਤੇ ਚੱਲਿਆ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ, 2022 ਦੀ ਇਲੈਕਸ਼ਨ ਤੋਂ ਪਹਿਲਾਂ ਇਸ ਲਈ ਜ਼ਿਆਦਾ ਚੱਲਿਆ ਸੀ ਕਿਉਂਕਿ BJP ਨੇ ਵੀ ਵੱਡੇ ਪੱਧਰ ਦੇ ਉੱਤੇ ਉਭਾਰਿਆ ਦਲਿਤ ਨੂੰ ਕਿ ਅਸੀਂ ਵੀ ਬਣਾਵਾਂਗੇ, ਅਸੀਂ ਚੀਫ ਮਿਨਿਸਟਰ ਵੀ ਬਣਾ ਸਕਦੇ ਹਾਂ ਅਸੀਂ ਬਾਕੀ ਵੀ ਹੈ। ਔਰ ਕਾਂਗਰਸ ਨੇ ਤਾਂ ਬਣਾ ਤਾ ਸੀ ਚੀਫ ਮਿਨਿਸਟਰ ਉਸੇ ਦਲਿਤ ਮਾਮਲੇ ਦੇ ਵਿੱਚ, ਚਾਹੇ ਥੋੜਾ ਸਮਾਂ ਰਹਿੰਦਾ ਸੀ ਅਮਰਿੰਦਰ ਸਿੰਘ ਦੇ ਮੁਕਾਬਲੇ ਦਲਿਤ ਨੂੰ, ਔਰ ਆਮ ਆਦਮੀ ਪਾਰਟੀ ਵੀ ਇਹ ਕਹਿੰਦੀ ਸੀ ਕਿ ਅਸੀਂ ਡਿਪਟੀ ਲੀਡਰ ਜਿਹੜਾ ਉਹ ਬਣਾਵਾਂਗੇ, ਅਕਾਲੀ ਦਲ ਵੀ ਇਹ ਕਹਿੰਦਾ ਸੀ ਡਿਪਟੀ ਮੁੱਖ ਮੰਤਰੀ ਅਸੀਂ ਦਲਿਤ ਭਾਈਚਾਰੇ ਦੇ ਵਿੱਚੋਂ ਬਣਾਵਾਂਗੇ। ਉਦੋਂ ਇੱਕ ਸਾਰੀਆਂ ਪਾਰਟੀਆਂ ਦਾ, ਕਿਉਂਕਿ ਵੋਟ ਬਹੁਤ ਹੈ, ਲਗਭਗ 32% ਦੇ ਕਰੀਬ ਜੇ ਪਾਪੂਲੇਸ਼ਨ ਹੈ ਤਾਂ ਜਿਹੜੀ ਵੋਟ ਪੈਂਦੀ ਵੀ ਹੈ ਜਾ ਕੇ ਸਭ ਤੋਂ ਜ਼ਿਆਦਾ, ਜਿਹੜੀ ਪਰਸੈਂਟੇਜ ਨੂੰ ਅੱਗੇ ਤੋਰਦੀ ਹੈ ਕਿ ਹਾਂ ਜ਼ਿਆਦਾ, ਤਾਂ ਉੱਧਰ ਧਿਆਨ ਤਾਂ ਸਾਰਿਆਂ ਦਾ ਹੋਣਾ ਸੁਭਾਵਿਕ ਹੈ। ਔਰ ਇੱਕ ਦੋ ਉਸ ਚੱਕਰ ਦੇ ਵਿੱਚ ਫਸ ਵੀ ਗਏ ਸੀ, ਉਹ ਨਾਭੇ ਵਾਲੇ ਦੇਵ ਮਾਨ ਨੇ ਕਹਿਤਾ ਸੀ ਡਿਪਟੀ CM ਬਣਾਉਣਾ ਚਾਹੀਦਾ ਤੇ ਮੈਂ ਵੀ ਮਤਲਬ ਕੈਂਡੀਡੇਟ ਹੋ ਸਕਦਾ ਮੇਰਾ ਵੀ, ਤਾਂ ਉਹਦੇ ਵਿਚਾਰੇ ਦਾ ਇਹੋ ਜਿਹਾ ਹਾਲ ਹੋਇਆ, ਮੁੜ ਕੇ ਸਰਕਾਰੀ ਫੰਕਸ਼ਨਾਂ ਸੰਦਲੋਂ ਬੰਦ ਹੋ ਗਿਆ, ਫਿਰ ਮੈਂ ਤਰਲਾ ਜਿਹਾ ਕਰਕੇ ਬਹਾਲੀ ਹੋਈ ਹੈ ਕਹਿੰਦੇ ਨੇ, ਕਹਿੰਦੇ DSP SDM ਤੇ ਦੂਜੇ ਵੀ ਸੁਣ ਲਓ ਬੰਦ ਹੋ ਗਏ ਸੀ, ਬਾਕੀ ਤਾਂ ਗੱਲ ਛੱਡੋ। ਔਰ ਚਾਹਤ ਹੁੰਦੀ ਹੈ ਕਈਆਂ ਦੀ, ਪਰ ਹੁਣ ਚਾਹਤ ਚਲੋ ਉਹਦਾ ਟੁੱਟਤਾ ਨਹੀਂ, ਤੇ ਜੇ ਚਾਹੁਣਗੇ ਇਨ ਫਿਊਚਰ ਜੇ ਪੰਜਾਬ ਦੀ ਸਤਾਈ ਨੂੰ ਸਾਹਮਣੇ ਰੱਖ ਕੇ ਚਾਹੁਣਗੇ, ਜਿੱਥੇ BJP ਹਿੰਦੂ ਪਲੱਸ ਦਲਿਤ ਨੂੰ ਇਕੱਠਾ ਕਰਨ ਦੀ ਟਰਾਈ 'ਚ ਹੈ, ਜਿੱਥੇ ਜੇ ਅਕਾਲੀ ਦਲ ਪੰਥਕ ਰਿਵਾਈਵਲ ਹੁੰਦੀ ਹੈ ਤਾਂ ਪੰਥਕ ਰਿਵਾਈਵਲ ਦਾ ਮਤਲਬ ਇਹ ਹੈ ਕਿ ਕਾਸਟ ਦੇ ਜਿਹੜੇ ਹੇਠਾਂ ਪਿੰਡਾਂ ਦੇ ਵਿੱਚ ਬਖਰੇਵੇਂ ਨੇ ਉਹਨੂੰ ਵੀ ਤੁਹਾਨੂੰ ਨਾਲ ਲੈਣਾ ਪਊਗਾ, ਫਿਰ ਉਹਨੂੰ ਵੀ ਐਡਰੈਸ ਕਰਨਾ ਪਊਗਾ। ਔਰ ਸਾਰੀਆਂ ਪਾਰਟੀਆਂ ਲਈ ਇਹ ਹੈ ਤੇ, ਔਰ ਚੰਨੀ ਉਹਨਾਂ ਨੂੰ ਜਿਹੜਾ ਵੋਟਾਂ ਮਿਲੀਆਂ ਨੇ ਖਾਸ ਤੌਰ ਤੇ ਦੁਆਬੇ ਦੇ ਵਿੱਚ, ਇਹ ਵੀ ਇਹਨਾਂ ਨੂੰ ਕਿਤੇ ਤਾਂ ਰੜਕਦਾ ਹੀ ਹੈ ਵੀ ਗੱਲ ਤਾਂ ਹੈਗੀ ਹੈ ਕਿ ਜੇ ਅਸੀਂ ਵੀ ਕੁਝ ਬਣਾ ਦਈਏ ਸ਼ਾਇਦ ਥੋੜਾ ਜਿਹਾ ਹਿੱਸਾ ਸਾਨੂੰ ਵੀ ਆ ਜਾਏ, ਇਹ ਸਾਰੀਆਂ ਗੱਲਾਂ ਤੋਂ ਲਾ ਕੇ ਮਿਲਦਾ। ਪਰ ਉਹ ਗੁਣਾ ਹਰਪਾਲ ਚੀਮਾ ਤੇ ਪਊਗਾ ਜਾਂ ਕਿਹਦੇ ਤੇ, ਇਹਨਾਂ ਦਾ ਪਤਾ ਕੁਝ ਨਹੀਂ, ਕਿਸੇ ਸਧਾਰਨ ਬੰਦੇ ਨੂੰ ਲਿਆ ਕੇ ਉਹਨੂੰ ਵੀ ਬਣਾ ਦੇਣ, ਮਤਲਬ ਤਾਂ ਕਿ ਵੀ ਅਸੀਂ ਤਾਂ ਬਿਲਕੁਲ ਫਰੈਸ਼ ਉੱਥੋਂ ਲਿਆਂਦਾ ਜੀ, ਚੱਕ ਕੇ ਦੇਖੋ ਇਹ ਬੰਦਾ ਕੀ ਹੈ। ਪਰ ਇਹ ਗੱਲ ਮਤਲਬ ਇਹਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹੋ ਜਿਹੀ ਰੀਸਫਲਿੰਗ 'ਚ ਕੋਈ ਦਲਿਤ ਰੀਪ੍ਰਜੈਂਟੇਸ਼ਨ ਦਾ ਜਿਹੜਾ ਸਵਾਲ, ਪ੍ਰਤੀਨਿਧਤਾ ਦਾ ਜਿਹੜਾ ਸਵਾਲ ਹੈ ਉਹਨੂੰ ਵਧਾਇਆ ਜਾਵੇ ਕਿਸੇ ਕੁਆਲਿਟੀ ਦੇ ਤੌਰ ਤੇ ਕਿਸੇ ਮਾਮਲੇ 'ਚ। ਜੀ ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਜਿਹੜਾ ਕੈਬਨਿਟ ਦੇ ਵਿੱਚ ਰੱਦੋ ਬਦਲ ਆ ਉਹ ਤਾਂ ਹੋਣਾ ਹੀ ਹੈ, ਔਰ ਵੱਡੀ ਗੱਲ ਨਹੀਂ ਕਿ ਮਹਿਕਮਿਆਂ ਦੇ ਵਿੱਚ ਵੀ ਕਾਫੀ ਫਰਕ ਪੈਣ
ਦੋ ਤਿੰਨ ਬੰਦੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਆਏ ਆ ਉਹਨਾਂ ਨੂੰ ਵੀ ਇੱਧਰ ਉੱਧਰ ਕੀਤਾ ਜਾ ਸਕਦਾ, ਨਵੇਂ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ। ਫਿਰ ਇੱਕ ਵਾਰੀ ਜਿਹੜਾ ਖਿੱਤੇ ਵਾਈਜ਼ ਮਾਝਾ ਮਾਲਵਾ ਦੁਆਬਾ ਪ੍ਰਤੀਨਿਧਤਾ ਦੇ ਹਿਸਾਬ ਨਾਲ ਵੀ ਕੈਲਕੂਲੇਸ਼ਨ ਕੀਤੀਆਂ ਜਾਣਗੀਆਂ। ਦਲਿਤ ਔਰ ਜਿਹੜੇ ਹਿੰਦੂ ਵਰਗ ਨੇ ਇਹਨਾਂ ਨੂੰ ਵੀ ਫੋਕਸ 'ਚ ਲਿਆਂਦਾ ਜਾਊਗਾ। ਬੀਜੇਪੀ 18% ਤੋਂ ਉੱਪਰ ਚਲੇ ਗਈ ਆ, ਇਹ ਤਾਂ ਇਹਨਾਂ ਨੂੰ ਤੰਗ ਕਰਦਾ ਹੀ ਹੋਊਗਾ। ਕਾਂਗਰਸ ਦੇ ਵਿੱਚ ਵੀ ਜਿਹੜੇ ਉਹਨਾਂ ਦੀ ਪੈਂਤੜੇਬਾਜ਼ੀ ਆ ਉਹਨੂੰ ਵੀ ਦੇਖਿਆ ਜਾ ਰਿਹਾ ਹੋਊਗਾ ਕਿ ਕਾਂਗਰਸ ਨੇ ਕਿਹੜੇ ਕਿਹੜੇ ਰੁੱਖ ਅਪਣਾਏ ਸਟੇਟ ਦੇ ਵਿੱਚ ਜਿਹਦਾ ਉਹਨਾਂ ਨੂੰ ਫਾਇਦਾ ਮਿਲਿਆ। ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਕਾਫੀ ਜ਼ਿਆਦਾ, ਜਦੋਂ ਡਾਕਟਰ ਸੰਦੀਪ ਪਾਠਕ ਦੇ ਪੱਧਰ ਦੇ ਉੱਤੇ ਕਿਧਰੇ ਇਹ ਚੀਜ਼ਾਂ ਚੱਲਦੀਆਂ ਨੇ ਤਾਂ ਕੈਲਕੂਲੇਸ਼ਨ ਦਾ, ਮੁੱਖ ਮੰਤਰੀ ਤਾਂ ਸ਼ਾਇਦ ਇੱਦਾਂ ਦੀ ਕੈਲਕੂਲੇਸ਼ਨ ਨਹੀਂ ਕਰਦੇ, ਲੇਕਿਨ ਪਾਰਟੀ ਦਾ ਇਹ ਇੱਕ ਜਿਹੜਾ ਜਥੇਬੰਦਕ ਢਾਂਚਾ ਹੈ ਜਿਹਦੇ ਵਿੱਚ ਬਹੁਤਾ ਕੁਝ ਨਹੀਂ ਹੈ, ਡਾਕਟਰ ਸੰਦੀਪ ਪਾਠਕ ਦੇ ਨਾਲ ਕੁਝ ਕੁ ਲੋਕ ਹੀ ਨੇ, ਤੇ ਇਹ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖੀਆਂ ਜਾ ਰਹੀਆਂ ਹੋਣਗੀਆਂ। ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਪ੍ਰਸ਼ਾਸਨਿਕ ਰਦੋ ਬਦਲ ਵੀ ਹੁੰਦਾ, ਕੀ ਕੋਈ ਉੱਥੇ ਵੀ ਵੱਡੀਆਂ ਤਬਦੀਲੀਆਂ ਹੁੰਦੀਆਂ, ਕੀ ਮਹਿਕਮਿਆਂ ਦੇ ਪ੍ਰਿੰਸੀਪਲ ਸੈਕਟਰੀ ਵੀ ਵੱਡੇ ਪੱਧਰ ਤੇ ਬਦਲੇ ਜਾਣਗੇ। ਪੁਲਿਸ ਵਿੱਚ ਥੱਲੇ ਦੇ ਪੱਧਰ ਤੇ ਤਬਾਦਲੇ ਤਾਂ ਬਹੁਤ ਹੋ ਰਹੇ ਆ, ਕੀ ਉੱਪਰਲੇ ਪੱਧਰ ਦੇ ਉੱਤੇ ਵੀ ਇਹ ਹੋਣਗੇ? ਇਹ ਹੁਣ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਦੀ ਵੇਟ ਕੀਤੀ ਜਾ ਰਹੀ ਸੀਗੀ। ਬਹੁਤ ਵੱਡੇ ਜਿਹੜੇ ਰੱਦੋ ਬਦਲ ਨੇ, ਬਹੁਤ ਵੱਡੇ ਫੈਸਲੇ ਨੇ, ਕੇਜਰੀਵਾਲ ਸਾਹਿਬ ਬਿਲਕੁਲ ਨਹੀਂ ਲਏ ਜਾਂਦੇ, ਹੁਣ ਤੱਕ ਦਾ ਟਰੈਕ ਰਿਕਾਰਡ ਹੈ। ਸੋ ਇਹ ਅਸੀਂ ਦੇਖ ਹੀ ਰਹੇ ਸੀਗੇ ਕਿ ਇਲੈਕਸ਼ਨ ਨੂੰ ਕਈ ਦਿਨ ਬੀਤ ਗਿਆ, ਨਤੀਜੇ 4 ਦੇ ਆਏ ਹੋਏ ਆ ਤੇ ਅੱਜ ਅਸੀਂ 21 'ਚ ਬੈਠੇ ਹਾਂ। ਇਹਨਾਂ ਦਿਨਾਂ ਦੇ ਵਿੱਚ ਇਹ ਜੇ ਨਹੀਂ ਸੰਭਵ ਹੋਇਆ 17-18 ਦਿਨਾਂ ਦੇ ਵਿੱਚ ਤਾਂ ਕੇਜਰੀਵਾਲ ਸਾਹਿਬ ਦੀ ਗੈਰ ਹਾਜ਼ਰੀ ਕਰਕੇ। ਸੋ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਤੇ ਰਾਸੀ ਤੌਰ ਤੇ ਕਾਫੀ ਹਲਚਲ ਹੋਣ ਵਾਲੀ ਹੈ। ਮੈਂ ਹੁਣ ਜਿਹੜੀ ਹਲਚਲ ਜਲੰਧਰ 'ਚ ਹੋ ਰਹੀ ਹੈ ਸਰਦਾਰ ਹਮੀਤ ਸਿੰਘ ਜੀ, ਮੈਂ ਜੇ ਉਹਦੇ ਬਾਰੇ ਤੁਹਾਡੇ ਕੋਲ ਸਮਝਣਾ ਚਾਹਵਾਂ। ਕੱਲ ਸ਼ੀਤਲ ਅੰਗਰਾਲ ਨੇ ਆਪਣੇ ਕਾਗਜ਼ ਦਾਖਲ ਕੀਤੇ, ਮੇਨ ਸਟੇਜ ਦੇ ਵਿੱਚ ਰਵਨੀਤ ਸਿੰਘ ਬਿੱਟੂ ਸੀਗੇ, ਇੱਧਰ ਸੁਰਿੰਦਰ ਕੌਰ, ਉਹਨਾਂ ਨੇ ਕਾਂਗਰਸ ਵਾਲਿਆਂ ਨੇ 5 ਵਾਰ ਦੇ MC ਅਨਾਊਂਸ ਕੀਤੇ। ਮੇਨ ਸਟੇਜ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ, ਜਿਹੜੀਆਂ ਸੱਪਬੰਦੀਆਂ ਨੇ ਉਹ ਆਪਣੇ ਤਰੀਕੇ ਨਾਲ ਸਥਾਨ ਲੈ ਰਹੀਆਂ ਨੇ। ਪਾਰਟੀਆਂ ਦੇ ਵਿੱਚ ਵੱਡਾ ਕੌਣ ਜਾਂ ਪ੍ਰਭਾਵੀ ਕੌਣ ਜਾਂ ਭਵਿੱਖ ਦੀ ਰਾਜਨੀਤੀ ਕਿੱਦਾਂ ਦੀ, ਇਹਦੇ ਵੀ ਅਕਸ ਉੱਭਰਨੇ ਸ਼ੁਰੂ ਹੋ ਗਏ ਆ। ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ? ਜੇਕਰ ਅਸੀਂ ਇਨ ਟੋਟੈਲਿਟੀ ਜਲੰਧਰ ਵੈਸਟ ਦੀ ਇਲੈਕਸ਼ਨ ਤੇ ਉੱਥੇ ਹੋ ਰਹੀ ਸਰਗਰਮੀ ਨੂੰ ਫੋਕਸ ਵਿੱਚ ਰੱਖ ਕੇ ਇਹਨੂੰ ਪ੍ਰਭਾਸ਼ਿਤ ਕਰਨ ਦਾ ਯਤਨ ਕਰੀਏ, ਹਾਲਾਂਕਿ ਅਸੀਂ ਅਗਲੇ ਫੇਜ਼ ਵਿੱਚ ਇਹਦੇ ਨਾਲ ਹੀ, ਮੈਂ ਲਊਂਗਾ ਦੂਜਾ ਸਵਾਲ ਤੁਹਾਡੇ ਕੋਲੋਂ ਕਿ ਕਾਂਗਰਸ ਦੇ ਅੰਦਰ ਇੱਕ ਹੋਰ ਤਰ੍ਹਾਂ ਦੀ ਗੱਲ ਵੀ ਤੁਰੀ ਆ। ਕਾਂਗਰਸ ਹੀ ਝਿੜਕੇ ਵੀ ਗਏ ਆ ਕਿ ਤੁਸੀਂ ਇੰਟਰੋਸਪੈਕਸ਼ਨ ਦੀਆਂ ਗੱਲਾਂ ਕਰਦੇ ਹੋ, ਪ੍ਰਗਟ ਸਿੰਘ ਨੇ ਕੀਤੀ ਸੀ, ਆਸ਼ੂ ਨੇ ਕੀਤੀ ਸੀਗੀ, ਹੋਰ ਵੀ ਬੰਦਿਆਂ ਨੇ, ਈਵਨ ਰਾਣਾ ਗੁਰਜੀਤ ਨੇ ਵੀ ਕੀਤੀ ਸੀਗੀ। ਜੋ ਆਪਾਂ ਉੱਥੇ ਬਾਅਦ 'ਚ ਜਾਂਦੇ ਹਾਂ, ਪਹਿਲਾਂ ਜਿਹੜਾ ਜਲੰਧਰ ਦਾ ਦ੍ਰਿਸ਼ ਆ ਜੇ ਮੈਂ ਉਹਦੇ ਚੋਂ ਨਿਕਲਣਾ ਚਾਹਾਂ ਜੀ। ਬਿਲਕੁਲ, ਜਲੰਧਰ 'ਚ ਲਗਭਗ ਸਭ ਦੇ ਕੈਂਡੀਡੇਟ ਤਾਂ ਆ ਗਏ ਨੇ ਹੁਣ ਸਾਹਮਣੇ, ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਦਿੱਤੇ ਨੇ, ਪਰ ਉਹਨਾਂ ਨੇ ਸ਼ਾਇਦ ਇਹ ਸਾਰੀਆਂ ਚੀਜ਼ਾਂ ਵੀ ਦੇਖੀਆਂ ਨੇ, ਜਿਵੇਂ ਭਗਤ ਕਮਿਊਨਿਟੀ 'ਚੋਂ ਲਿਆਂਦਾ ਆਮ ਆਦਮੀ ਪਾਰਟੀ ਨੇ, ਜਿਹੜੇ ਸ਼ਾਮਿਲ ਹੋਏ 2023 ਦੇ ਵਿੱਚ ਬੰਦੇ ਮਹਿੰਦਰ ਭਗਤ, ਹਾਲਾਂਕਿ ਉਹਦੇ ਫਾਦਰ 3 ਵਾਰ MLA ਰਹਿ ਚੁੱਕੇ ਨੇ, ਮਿਨਿਸਟਰ ਰਹਿ ਚੁੱਕੇ ਨੇ, ਤੇ ਉਹ ਅਜੇ ਵੀ ਕਹਿੰਦੇ ਨੇ ਬੀਜੇਪੀ ਨਾਲ ਹੀ ਦਿਖਾਈ ਦੇ ਰਹੇ ਨੇ, ਜਾਂ ਬੀਜੇਪੀ ਨਾਲ ਹੀ ਨੇ, ਚਾਹੇ ਤੁਰਦੇ ਫਿਰਦੇ ਚਾਹੇ ਨਹੀਂ ਦਿਖਾਈ ਦੇ ਰਹੇ, ਉਹਨਾਂ ਦੀ ਮਾਨਸਿਕਤਾ ਤਾਂ। ਪਰ ਭਗਤ ਕਮਿਊਨਿਟੀ ਉੱਥੇ ਕਾਫੀ ਸਟਰੋਂਗ ਮੰਨੀ ਜਾਂਦੀ ਹੈ, ਇਸ ਲਈ ਆਮ ਆਦਮੀ ਪਾਰਟੀ ਨੇ ਦਾਖ ਖੇਡਿਆ, ਕਿਉਂਕਿ ਉਹ ਸੀਟ ਤੇ ਆਮ ਆਦਮੀ ਪਾਰਟੀ ਕਾਫੀ ਪਿੱਛੇ ਸੀਗੀ। ਆਹ ਜਿਹੜੀ ਪਾਰਲੀਮੈਂਟ ਇਲੈਕਸ਼ਨ ਹੈ ਤਾਂ ਕਿਵੇਂ ਕੰਸੋਲੀਡੇਟ ਕੀਤਾ ਜਾਏ, ਕਿਵੇਂ ਜ਼ੋਰ ਲਾਇਆ ਜਾਏ। ਹੁਣ ਆਮ ਆਦਮੀ ਪਾਰਟੀ ਦਾ ਤਾਂ ਸਿੱਧਾ ਮੇਰਾ ਖਿਆਲ ਹੈ ਇੰਚਾਰਜ ਕਿਹਨੂੰ ਬਣਾਉਣਗੇ, ਨਹੀਂ ਲੋਕ ਸਭਾ ਦਾ ਤਾਂ ਚਲੋ ਹਰਪਾਲ ਚੀਮਾ ਨੂੰ ਬਣਾਇਆ ਸੀ, ਵੈਸੇ ਜਿਹਨੂੰ ਮਰਜ਼ੀ ਬਣਾ ਲੈਣ ਫਾਰਮਲੀ, ਪਰ ਗੈਰ ਰਸਮੀ ਤੌਰ ਦੇ ਉੱਤੇ ਚੀਫ ਮਿਨਿਸਟਰ ਦੀ ਉਹ ਇਲੈਕਸ਼ਨ ਮੰਨੀ ਜਾਊਗੀ। ਚੀਫ ਮਿਨਿਸਟਰ ਪਤਾ ਨਹੀਂ ਹੁਣ ਉੱਥੇ ਸ਼ਿਫਟ ਕੀਤੇ ਨੇ ਕਿ ਨਹੀਂ, ਕਹਿੰਦੇ ਸੀ ਘਰ ਘੁਰ ਤਾਂ ਤਿਆਰ ਹੋ ਗਿਆ ਤੇ ਸ਼ਿਫਟ ਕਰਨੇ, 3 ਦਿਨ ਰਿਹਾ ਕਰਨਗੇ ਲਗਾਤਾਰ ਔਰ ਉੱਥੇ ਬੈਠ ਕੇ ਗੱਲ ਕਰਨਗੇ, ਕੰਮ ਕਰਨਗੇ, ਤੇ ਇਹਦਾ ਮਤਲਬ ਉਹ ਸੀਟ ਨੂੰ ਫੋਕਸ ਵੀ ਕਰਨਗੇ ਡਾਇਰੈਕਟਲੀ। ਹੁਣ ਸਾਡੇ 22 ਇਲੈਕਸ਼ਨਾਂ ਵੀ ਉਵੇਂ ਹੀ ਲੜੀਆਂ ਜਾਂਦੀਆਂ ਨੇ ਜਿਵੇਂ ਜਨਰਲ ਇਲੈਕਸ਼ਨ ਹੁੰਦੀ ਹੈ,
ਜਨਰਲ ਤੇ ਤਾਂ ਹਾਲਾਂਕਿ ਹੋਰ ਕਿਧਰੇ ਵੀ ਜਾਣਾ ਪੈਂਦਾ ਤੇ ਉੱਥੇ ਤਾਂ ਫਿਰ ਫੋਕਸ ਕਰਕੇ ਮੰਤਰੀ ਉੱਥੇ ਸੱਦ ਲਏ ਜਾਂਦੇ ਨੇ, MLA ਉੱਥੇ ਸੱਦ ਲਏ ਜਾਂਦੇ ਨੇ, ਵਿਰੋਧੀ ਧਿਰ ਆਪਣੇ ਸਾਰੇ ਲੀਡਰਾਂ ਨੂੰ ਉੱਥੇ ਸੱਦ ਲੈਂਦੀਆਂ ਨੇ। ਹੋਰ ਜਿਹੜੇ ਮਾਮਲੇ ਤੁਸੀਂ ਦੇਖੋਗੇ, ਇੱਧਰੋਂ ਚੀਫ ਮਿਨਿਸਟਰ ਜਾਣਗੇ, ਉੱਧਰੋਂ ਬੀਜੇਪੀ ਦਾ ਕੈਂਡੀਡੇਟ ਜਿਹੜਾ ਸਤੀਸ਼ ਸਿੰਘ ਰਾਲ, ਹਾਲਾਂਕਿ ਉਹ ਵੀ ਮਤਲਬ ਆਪ ਤੋਂ ਗਿਆ ਤੇ ਆਪ ਵਾਪਸ ਲੈਣ ਦਾ ਵੀ ਟਰਾਈ ਕੀਤੀ, ਪਰ ਚਲੋ ਹੁਣ ਕੈਂਡੀਡੇਟ ਫੇਰ ਹੈਗਾ। ਔਰ ਉਸ ਦੇ ਵਿੱਚ ਵੀ ਤੁਸੀਂ ਦੇਖੋਗੇ ਸਾਰੇ ਵੱਡੇ ਲੀਡਰ ਜਾਣਗੇ, ਰਵਨੀਤ ਬਿੱਟੂ ਕੋਲ ਕਿਉਂਕਿ ਮਿਨਿਸਟਰੀ ਆਈ ਹੈ ਤੇ ਮਿਨਿਸਟਰ ਦਾ ਤਾਂ ਆਪਣੇ ਆਪ ਦੇ ਵਿੱਚ ਇੱਕ ਕਹਿੰਦੇ ਨੇ ਉਹ ਬਣ ਜਾਂਦਾ, ਔਰਾ ਜਿਹਾ ਬਣ ਹੀ ਜਾਂਦਾ ਨਾ, ਸਾਰੀ ਇੰਨੀ ਸਿਕਿਉਰਿਟੀ ਇੰਨਾ ਸਿਸਟਮ ਉਹ ਸਾਰੇ ਮਾਮਲੇ ਚ। ਦੂਜਾ ਰਵਨੀਤ ਬਿੱਟੂ ਨੇ ਜਿਹੜੀਆਂ ਆਉਣ ਸਾਰ ਗੱਲਾਂ ਕੀਤੀਆਂ, ਜਿਸ ਜਿਸ ਉਤਸ਼ਾਹ ਨਾਲ ਉਹਨਾਂ ਨੂੰ ਇਹ ਹੋਇਆ ਕਿ ਪੰਜਾਬ ਮੈਨੂੰ ਸ਼ਾਇਦ ਮੇਰੇ ਹਵਾਲੇ ਕਰ ਦਿੱਤਾ ਗਿਆ, ਮੈਨੂੰ ਹਾਰਨ ਦੇ ਬਾਵਜੂਦ ਮਿਨਿਸਟਰ ਲਿਆ ਗਿਆ, ਜਿੰਨੀ ਉਹਨਾਂ ਨੇ ਸ਼ਿੱਦਤ ਦੇ ਨਾਲ ਇਹਨਾਂ ਗੱਲਾਂ ਨੂੰ ਉਭਾਰਿਆ ਤੇ ਉਹ 2027 ਦੇ ਆਪਣੇ ਆਪ ਨੂੰ ਚੀਫ ਮਿਨਿਸਟਰ ਦੇ ਤੌਰ ਤੇ ਮੈਨੂੰ ਤਾਂ ਲੱਗਦਾ ਦੇਖ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹਨਾਂ ਦੇ ਦਿਮਾਗ 'ਚ ਆ ਚੁੱਕੀ ਹੈ ਗੱਲ ਇਹੋ ਜੀ। ਔਰ ਉਹਨੂੰ ਦੇਖ ਕੇ ਹੀ ਉਹ ਉੱਥੇ ਮੇਨ ਰੋਲ ਦੇ ਵਿੱਚ ਚਲੇ ਜਾ ਰਹੇ ਨੇ ਕਿਸੇ ਮਾਮਲੇ 'ਚ। ਹੁਣ ਉੱਪਰੋਂ ਤਾਂ ਅਜੇ ਜਿਹੜੀ ਉਹ ਲਿਸਟ ਤਾਂ ਜਾਰੀ ਹੋਈ ਹੈ ਇੱਕ, ਜਿਹੜੀ ਕੁਛ ਕੈਪਟਨ ਅਮਰਿੰਦਰ ਸਿੰਘ ਵੀ ਨੇ, ਹੋਰ ਕਾਫੀ ਬੰਦੇ ਪਾਏ ਹੋਏ ਨੇ ਜਿਹੜੇ ਸਟਾਰ ਕੰਪੇਨਰ ਹੁੰਦੇ ਨੇ, ਪਰ ਹੋਰ ਵੀ ਸਟਾਰ ਕੰਪੇਨਰ ਹੋ ਸਕਦੇ ਨੇ, ਪਰ ਸਟਾਰ ਤਾਂ ਉਹੀ ਹੈ ਨਾ ਜਿਹਦੇ ਕੋਲ ਮੌਕੇ ਤੇ ਵੀ ਪਾਵਰ ਹੈ ਤੇ ਬਾਕੀ ਵੀ ਹੈ। ਪਰ ਗੱਲ ਇੰਨੀ ਜ਼ਰੂਰ ਹੈ ਕਿ ਰਵਨੀਤ ਬਿੱਟੂ ਦੇ ਆਉਣ ਨਾਲ ਵੀ ਜਿਹੜੇ ਬੀਜੇਪੀ ਦੇ, ਕਿਉਂਕਿ ਬੀਜੇਪੀ ਦੇ ਜਲੰਧਰ ਦੇ ਵਿੱਚ ਮਨੋਰੰਜਨ ਕਾਲੀਆ ਤੋਂ ਲੈ ਕੇ ਕਈ ਇੰਪੋਰਟੈਂਟ ਲੀਡਰ ਪੁਰਾਣੇ ਜਿਹੜੇ RSS ਨਾਲ ਜੁੜੇ ਹੋਏ ਨੇ, ਕਾਫੀ ਬੰਦੇ ਬੈਠੇ ਨੇ ਜਲੰਧਰ 'ਚ, ਸੀਨੀਅਰ ਲੈਵਲ ਦੇ ਬੰਦੇ ਵੀ ਨੇ ਕਿਸੇ ਮਾਮਲੇ ਤੇ, ਕਈ ਕਈ MLA ਨੇ, ਸਾਬਕਾ ਮੰਤਰੀ ਨੇ ਜਿਹੜੇ ਬੈਠੇ ਨੇ। ਜੇ ਉਹਨਾਂ ਦੀ ਸਦਪੁੱਛ ਘਟਦੀ ਹੈ ਉਸ ਲੈਵਲ ਤੇ ਤਾਂ ਇਹ ਹਾਰਮਫੁਲ ਵੀ ਰਹੂ ਹੋ ਸਕਦਾ ਜਦੋਂ ਤੁਸੀਂ ਉਹਨਾਂ ਨੂੰ ਨਾਲ ਕੈਰੀ ਨਹੀਂ ਕਰਦੇ। ਦੂਜੀ ਗੱਲ ਇਹ ਵੀ ਹੈ ਕਿ ਜਾਖੜ ਹੋਣੀ ਹੁਣ ਮਤਲਬ ਸ਼ੈਡੋ ਦੀ ਤਰ੍ਹਾਂ ਲੱਗਣ ਲੱਗ ਜਾਣਗੇ, ਜਿੰਨਾ ਅਗਰੈਸਨ ਰਵਨੀਤ ਬਿੱਟੂ 'ਚ ਹੈ, ਜਾਖੜ ਹੋਣੀ ਜਿਸ ਲੈਵਲ ਤੇ ਆਏ, ਜੇ ਪ੍ਰਧਾਨ ਇੱਕ ਸੋਸਾਇਟੀ ਦੇ ਨਾਲ ਗੱਲ ਕਰਦੇ ਨੇ ਜਾਂ ਬਾਕੀ ਦੀਆਂ ਚੀਜ਼ਾਂ ਨੇ, ਤਾਂ ਹੁਣ ਉਹ ਐਜ ਏ ਪ੍ਰਧਾਨ ਦੀ ਬਜਾਏ ਤਾਂ ਇੰਚਾਰਜ ਕੌਣ ਨਜ਼ਰ ਆਊਗਾ, ਉੱਥੇ ਕਿਹੜੇ ਬੰਦੇ ਜ਼ਿਆਦਾ ਦੇਖਣਗੇ। ਇਹ ਗੱਲਾਂ ਵੀ ਨਾਲ ਨਾਲ ਵਾਪਰ ਜਾਂਦੀਆਂ ਨੇ ਕਈ ਵਾਰ। ਚਲੋ ਜੇ ਤਾਂ ਉੱਥੇ ਕੈਂਪ ਲਾ ਲਿਆ ਜਿਹਨਾਂ ਨੇ ਬੈਠ ਕੇ, ਜਿਹੜੇ ਬੰਦੇ ਲਗਾਤਾਰਤਾ ਦੇ ਵਿੱਚ ਜਾਣਗੇ ਉਹੀ ਹੋਣਗੇ। ਅਜੇ ਤੱਕ ਇਹ ਨਹੀਂ ਡਿਕਲੇਅਰ ਹੋਇਆ ਵੀ ਇਹ ਇੰਚਾਰਜ ਫਲਾਨਾ ਇੰਚਾਰਜ ਫਲਾਨਾ, ਤੇ ਅਜੇ ਤਾਂ ਆਮ ਮਹਾਰਤ ਹੈ ਜਿਹੜਾ ਬੰਦਾ ਚਲੇ ਜਾਣਗੇ ਤੇ ਉਹ ਉਸ ਲੈਵਲ ਤੇ ਉੱਤੇ ਹੈਗੇ ਨੇ। ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਚਰਨਜੀਤ ਚੰਨੀ ਨੇ ਆਪਣੀ ਜ਼ਿੰਮੇਵਾਰੀ ਆਪ ਹੀ ਲੈ ਲਈ ਹੈ, ਮਤਲਬ ਹੈਗੀ ਉਹ ਹੈ, ਉਹਨਾਂ ਨੂੰ ਪਤਾ ਕਿ ਮੈਂ ਪਾਰਲੀਮੈਂਟ ਜਿੱਤਿਆ ਇੱਥੋਂ ਤੇ ਇਸ ਹਲਕੇ ਤੋਂ ਵੀ ਮੈਂ, ਚਾਹੇ ਮਾਰਜਨ ਘੱਟ ਹੈ ਮਤਲਬ 2000 ਦੇ ਨੇੜੇ ਤੇੜੇ ਹੈ, ਪਰ ਇਹ ਜ਼ਿੰਮੇਵਾਰੀ ਹੈ ਉਹ ਹੁਣੇ ਤੋਂ ਹੀ ਕੰਪੇਨ ਕਰਨਾ ਉਹਨਾਂ ਨੇ ਸ਼ੁਰੂ ਕਰਤਾ। ਮਤਲਬ ਇੱਕ ਗੱਲ ਤਾਂ ਉਹਨਾਂ ਨੇ ਆਪਣੇ ਆਪ ਨੂੰ ਦਲਿਤ ਲੀਡਰ ਦੇ ਤੌਰ ਤੇ ਅਮਰਜ ਮਤਲਬ ਹੋਇਆ ਸਮਝਿਆ ਵੀ ਹੈ, ਔਰ ਹੋਇਆ ਵੀ ਹੈ। ਜੇਕਰ ਇੰਨੇ ਮਾਰਜਨ ਨਾਲ ਕੋਈ ਬੰਦਾ ਜਿੱਤਦਾ ਕਿਸੇ ਸੀਟ ਨੂੰ ਤਾਂ ਕੋਈ ਇਹਦੇ ਚ ਅਤਕਥਨੀ ਵੀ ਨਹੀਂ ਹੋਏਗੀ। ਔਰ ਉਦੋਂ ਬਾਅਦ ਬਾਕੀ ਦੀ ਕਿਹਦੀ ਡਿਊਟੀ ਆ, ਬਾਕੀ ਕਿੰਨਾ ਕੁ ਜਾਣਗੇ, ਰਾਜਾ ਬੜਿੰਗ ਕਿੰਨਾ ਜਾਂਦੇ ਨੇ, ਪ੍ਰਤਾਪ ਸਿੰਘ ਬਾਜਵਾ ਕਿੰਨੇ ਜਾਂਦੇ ਨੇ, ਹਰਿਆਰਕੀ ਦੇ ਵਿੱਚ ਤਾਂ ਇਹੀ ਬੰਦੇ ਨੇ ਹਜੇ, ਬਾਕੀ ਤਾਂ ਹੋਰ ਬੰਦੇ ਜਾਣਗੇ, ਪ੍ਰਗਟ ਸਿੰਘ ਜਲੰਧਰ ਤੋਂ ਨੇ ਉਹ ਵੀ ਆ ਜਾਣਗੇ ਇੱਕ ਅੱਧੇ ਦਿਨ ਦੇ ਵਿੱਚ, ਤੇ ਉਹ ਵੀ ਨਾਲ ਰੋਲ ਪਲੇ ਕਰਨਗੇ, ਟੀਮ ਕਿਹੋ ਜਿਹੀ ਬਣੇਗੀ। ਪਰ ਮੈਨੂੰ ਲੱਗਦਾ ਇੰਟਰਸਟਿੰਗ ਗੱਲ ਇਹ ਹੈ, ਇੱਕ ਪਾਸੇ ਬਿੱਟੂ, ਇੱਕ ਪਾਸੇ ਚੰਨੀ ਤੇ ਇੱਕ ਪਾਸੇ ਚੀਫ ਮਿਨਿਸਟਰ ਭਗਵੰਤ ਮਾਨ, ਇਹ ਜਿਹੜੀ ਇੱਕ ਟੈਸਟਿੰਗ ਹੋ ਰਹੀ ਹੈ ਇੱਕ ਸੀਟ ਤੇ, ਇੱਕ ਅਸੈਂਬਲੀ ਤੇ, ਕਿ ਕੀ ਰਹੂਗਾ, ਕਿੰਨਾ ਜ਼ੋਰ ਲੱਗੂਗਾ, ਕਿੰਨਾ ਨਹੀਂ ਲੱਗੂਗਾ ਇਹਦੇ ਤੇ ਹੈ। ਅਕਾਲੀ ਦਲ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਦੁਆਬੇ ਦੇ ਲੀਡਰਸ਼ਿਪ ਨੂੰ ਅੱਗੇ ਲਾਇਆ ਜੀ, 'ਚ ਬੀਬੀ ਜਗੀਰ ਕੌਰ, ਗੁਰਪ੍ਰਤਾਪ ਵਡਾਲਾ ਔਰ KP ਉਹਨਾਂ ਨੂੰ ਵੀ ਪਾਇਆ, ਡਾਕਟਰ ਸੁਖਵਿੰਦਰ ਸੁੱਖੀ ਵੀ ਹੋ ਗਏ, ਪਰ ਮੇਨ ਇੰਚਾਰਜ ਬੀਬੀ ਲੱਗਦੀ ਹੈ ਸੀਟ ਤੇ, ਕਿਉਂਕਿ ਉਹਨਾਂ ਨੇ ਕੈਂਡੀਡੇਟ ਦਾ ਨਾਂ ਅਨਾਊਂਸ ਕੀਤਾ ਤੇ ਬਾਕੀ ਸਾਰਾ ਕੁਝ ਉਸ ਲੈਵਲ ਦੇ ਉੱਤੇ।
ਕੰਪੇਨ ਦੇ ਵਿੱਚ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਤੇ ਬਾਕੀਆਂ ਨੂੰ ਵੀ ਜਾਣਾ ਹੀ ਪਊਗਾ, ਜਿਹੜੇ ਮੇਨ ਆਦਮੀ ਨੇ, ਮਤਲਬ ਜਦੋਂ ਮੇਨ ਗੱਲ ਹੁੰਦੀ ਹੈ ਬਰਾਬਰ ਦੇ ਲੀਡਰ ਉਧਰੋਂ ਵੱਡੇ ਆਏ ਹੁੰਦੇ ਨੇ ਤੇ ਤੁਸੀਂ ਵੀ ਜਾਂਦੇ ਹੋ। ਔਰ ਅਕਾਲੀ ਦਲ ਦੇ ਵੀ ਸਾਹਮਣਾ ਇਹ ਹੈ ਕਿ ਜਿੰਨੀਆਂ ਘੱਟ ਵੋਟਾਂ ਇੱਥੋਂ ਪਈਆਂ ਨੇ, ਇਹਨੂੰ ਕਿੰਨਾ ਇੰਪਰੂਵ ਕਰਦਾ ਅਕਾਲੀ ਦਲ, ਕਿੰਨੀ ਸਿੱਧਤ ਨਾਲ ਲੜਦਾ, ਕਿੰਨੀ ਉਸ ਲੈਵਲ ਤੇ ਲੜਦਾ, ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਬੀ ਐਸ ਪੀ ਨੇ ਵੀ ਆਪਣਾ ਕੈਂਡੀਡੇਟ ਖੜਾ ਕੀਤਾ, ਹਾਲਾਂਕਿ ਬੀ ਐਸ ਪੀ ਨੂੰ ਕੋਈ ਬਹੁਤੀਆਂ ਵੋਟਾਂ ਇੱਥੋਂ ਅਜੇ ਨਹੀਂ ਪਈਆਂ ਇਹਨਾਂ ਦੇ ਮੁਕਾਬਲੇ ਦੂਜੀਆਂ ਦੋ ਵੱਡੀਆਂ ਪਾਰਟੀਆਂ ਦੇ। ਔਰ ਮੁਕਾਬਲਾ ਫਿਰ ਵੀ ਦਿਲਚਸਪ ਹੈ। ਪਹਿਲਾਂ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਅਕਾਲੀ ਦਲ ਇਹ ਸੀਟ ਛੱਡ ਵੀ ਦੇਵੇ ਜਾਂ ਬਾਕੀ ਵੀ ਹੈ ਤੇ ਨਾ ਲੜੇ, ਇਹੋ ਜਿਹੇ ਵੀ ਸੰਭਾਵਨਾਵਾਂ ਆ ਰਹੀਆਂ ਸੀ, ਪਰ ਇਹ ਚੱਲ ਪਈਆਂ ਨੇ ਤੇ ਹੁਣ ਗੱਲ ਇੱਕ ਉਹਦੇ ਨਾਲ ਫਾਇਦਾ ਇਹ ਵੀ ਹੋ ਜਾਊਗਾ ਅਕਾਲੀ ਦਲ ਨੂੰ ਕਿ ਜੇ ਬੀਬੀ ਤੇ ਗੁਰਪ੍ਰਤਾਪ ਵਡਾਲਾ ਐਕਸ਼ਨ ਮੋਡ ਦੇ ਵਿੱਚ ਆਉਂਦੇ ਨੇ ਇਸ 'ਚ, ਤਾਂ ਕੁਝ ਦਿਨ ਲਈ ਉਹ ਅੰਦਰੂਨੀ ਮੀਟਿੰਗਾਂ ਦਾ ਸ਼ਾਇਦ ਥੋੜਾ ਜਿਹਾ ਪੋਸਟਪੋਨ ਹੋ ਜੇ, ਤੇ ਉਹਨਾਂ ਦਿਨ ਲਈ ਤਾਂ ਇੱਧਰ ਨੂੰ ਕੰਮ ਚੱਲ ਹੀ ਪਊਗਾ ਨਾ, ਤੁਹਾਡਾ ਫੋਕਸ ਇਸ ਮਾਮਲੇ ਦੇ ਉੱਤੇ ਹੋ ਜਾਊ ਜੀ। 10 ਜੁਲਾਈ ਤੱਕ ਤਾਂ ਫਿਰ ਰਾਤ ਮਿਲ ਹੀ ਜਾਊਗੀ। ਵਿਜੇ ਸੰਪਲਾ ਮੈਨੂੰ ਬਹੁਤੇ ਨਜ਼ਰ ਨਹੀਂ ਆਏ, ਵਿਜੇ ਸੰਪਲਾ ਇਸ ਖਿੱਤੇ ਦੇ ਕਾਫੀ ਵੱਡੇ ਲੀਡਰ ਬਣਾਤੇ ਸੀ ਬੀਜੇਪੀ ਨੇ, ਤੇ ਉਹ ਵੀ ਮੈਨੂੰ ਲੱਗਦਾ ਹੈ ਕਿ ਰੁੱਸੇ ਰੁੱਸੇ ਜੇ ਹੀ ਹੈ, ਜਦੋਂ ਦੀ ਟਿਕਟ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਨਹੀਂ ਸੀ ਮਿਲੀ। ਚੀਜ਼ਾਂ ਕਾਫੀ ਹੋਰ ਤਰ੍ਹਾਂ ਨਾਲ ਅੱਗੇ ਵਧਣ ਗਈਆਂ। ਜਾਖੜ ਸਾਹਿਬ ਕਿਵੇਂ ਫਿਰ ਦੱਬੇ ਜੇ ਮਨ ਨਾਲ ਜਿਵੇਂ ਕਾਂਗਰਸ ਚ ਸੀ ਇੱਥੇ ਵੀ ਰਹਿਣਗੇ, ਜਾਂ ਇੱਥੇ ਵੀ ਜ਼ਿੰਮੇਵਾਰੀਆਂ ਤੈਅ ਕਰਤੀਆਂ ਜਾਣਗੀਆਂ, ਸਾਰਿਆਂ ਨੂੰ ਬਣਦਾ ਸਤਿਕਾਰ ਮਿਲਣਾ ਸ਼ੁਰੂ ਹੋ ਜਾਊਗਾ, ਹਰੇਕ ਨੂੰ ਪਤਾ ਹੋਊਗਾ ਕਿ ਉਹਦਾ ਰੋਲ ਕੀ ਆ। ਤੇ ਮੈਂ ਇਸੇ ਮੁੱਦੇ ਨੂੰ ਲੈਂਦਿਆਂ ਲੈਂਦਿਆਂ ਨਾਲ ਕਾਂਗਰਸ ਦੇ ਵਿੱਚ ਜਿਹੜੀ ਵਿਵਾਦ ਵਰਗੀ ਚੀਜ਼ ਸੀਗੀ, ਇਹ ਮੰਨਿਆ ਜਾ ਰਿਹਾ ਸੀਗਾ ਕਿ ਜਿਹੜੀ ਇੰਟਰੋਸਪੈਕਸ਼ਨ ਨੂੰ ਲੈ ਕੇ ਕਿ ਮਾਲ ਵਿੱਚ ਪਾਰਟੀ ਬਿਹਤਰ ਨਹੀਂ ਕਰ ਸਕੀ, ਆਵਾਜ਼ ਉੱਠ ਰਹੀ ਸੀਗੀ ਕਿ ਮੁਲਾਂਕਣ ਕਿਉਂ ਨਹੀਂ ਹੋਵੇ, ਇੱਕ ਸਿਰ ਕਿਉਂ ਜੋੜ ਕੇ ਨਾ ਬੈਠਿਆ ਜਾਵੇ, ਤੇ ਜਿਹੜੀ ਚੋਣ ਸਮੀਖਿਆ ਹੁੰਦੀ ਆ ਉਹ ਤੋਂ ਭੱਜਿਆ ਕਿਉਂ ਜਾ ਰਿਹਾ। ਹਾਲਾਂਕਿ ਰਾਜਾ ਵੜਿੰਗ ਨੇ ਜ਼ਿਲ੍ਹਾ ਪ੍ਰਧਾਨ ਸੱਦ ਲਏ, ਉੱਥੇ ਵੀ ਰੌਲਾ ਆਸ਼ੂ ਦਾ ਪੈ ਗਿਆ ਕਿ ਕਾਰਜਕਾਰੀ ਪ੍ਰਧਾਨ ਨਹੀਂ ਸੱਦਿਆ, ਲੋਪੀ ਨਹੀਂ ਆਇਆ, ਵੱਡੇ ਲੀਡਰ ਕਿਉਂ ਨਹੀਂ ਆਏ। ਜੇ ਕੋਈ ਵੀ ਸਮੀਖਿਆ ਮੀਟਿੰਗ ਆ ਤੁਸੀਂ ਜ਼ਿਲ੍ਹਾ ਪ੍ਰਧਾਨਾਂ ਨੂੰ ਹੀ ਮਿਲ ਰਹੇ ਹੋ, ਤਾਂ ਸਾਰਿਆਂ ਨੂੰ ਤੁਸੀਂ ਕਿਉਂ ਨਹੀਂ ਸੱਦ ਲੈਂਦੇ? ਮੇਨ ਜਦੋਂ ਤੁਹਾਡੇ ਕੋਲ ਇੰਨੇ ਵੱਡੇ ਲੀਡਰ ਆ ਤਾਂ ਉਹਨਾਂ ਨੂੰ ਮਾਈਨਸ ਕਿਉਂ ਕੀਤਾ ਜਾਂਦਾ? ਹੁਣ ਦਵਿੰਦਰ ਯਾਦਵ ਵੱਲੋਂ ਜਿਹੜੀ ਮੈਂ ਇੱਕ ਖਬਰ ਦੇ ਹਵਾਲੇ ਨਾਲ ਗੱਲ ਕਰਾਂ, ਦਵਿੰਦਰ ਯਾਦਵ ਜਿਹੜੇ ਕਿ ਇੰਚਾਰਜ ਨੇ, ਉਹਨਾਂ ਵੱਲੋਂ ਇਹ ਕਹਿਣਾ ਕਿ ਜੋ ਵੀ ਕਹਿਣਾ ਪਾਰਟੀ ਪਲੈਟਫਾਰਮ ਤੇ ਰੱਖੋ, ਅਦਰਵਾਈਜ਼ ਬਾਹਰ ਰੱਖੋਗੇ ਤਾਂ ਹੀਟ ਫੇਸ ਕਰੋਗੇ, ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ, ਇਨਡਿਸਿਪਲਿਨ। ਮੈਂ ਸਦਾ ਹਮੀਰ ਸਿੰਘ ਜੀ ਕਿਵੇਂ ਮਾਮਲਿਆਂ ਨੂੰ ਸਮਝਾਂ? ਜਿਹੜੇ ਬੰਦੇ ਗੱਲ ਕਰ ਰਹੇ ਸੀ ਉਹ ਵੀ ਤਾਂ ਇਹੀ ਕਹਿ ਰਹੇ ਸੀਗੇ ਕਿ ਇੰਟਰੋਸਪੈਕਸ਼ਨ ਹੋਣੀ ਚਾਹੀਦੀ ਆ, ਜੇ ਤੁਹਾਡੀ ਵੱਡੀ ਨਹੀਂ ਜਿੱਡੀ ਪ੍ਰਚਾਰੀ ਜਾ ਰਹੀ ਆ, ਜੇ ਤੇ ਇਹੋ ਜਿਹੀ ਵੀ ਨਹੀਂ ਕਿ ਤੁਸੀਂ 2027 ਲਈ ਹੁਣੇ ਹੀ ਨਿਸ਼ਚਿੰਤ ਹੋ ਕੇ ਬੈਠ ਜਾਓ, ਤੇ ਹੁਣ ਜਦੋਂ ਇਹਨਾਂ ਨੂੰ ਥੋੜਾ ਜਿਹਾ ਝਿੜਕਿਆ ਗਿਆ ਤਾਂ ਇਹਦੇ ਨਤੀਜੇ ਕੀ ਹੋਣਗੇ? ਇੱਕ ਵਾਰੀ ਠੰਡ ਠੰਡੋਲਾ ਵਾਪਰ ਜਾਊਗਾ? ਨਹੀਂ, ਨੋਰਮਲੀ ਇਹ ਹੁੰਦਾ ਕਿ ਜਦੋਂ ਵੀ ਕੋਈ ਵੱਡਾ ਇਵੈਂਟ ਹੋ ਕੇ ਹਟਦਾ, ਉਹ ਕਿਸੇ ਵੀ ਫੀਲਡ ਦਾ ਹੋਵੇ, ਤੇ ਉਦੋਂ ਬਾਅਦ ਰਿਵਿਊ ਤਾਂ ਉਹਦਾ ਹੁੰਦਾ, ਚਰਚਾ ਤਾਂ ਹੁੰਦੀ ਹੈ, ਕਿੰਨੀ ਹਾਂ ਪੱਖੀ ਰਹੀ, ਕਿੰਨੀ ਨਾ ਪੱਖੀ ਰਹੀ, ਕਿਹੜੀਆਂ ਕਮਜ਼ੋਰੀਆਂ ਰਹੀਆਂ, ਕਿਹੜੀਆਂ ਚੰਗੀਆਂ ਪ੍ਰਾਪਤੀਆਂ ਰਹੀਆਂ, ਇਹ ਸਾਰੀਆਂ ਗੱਲਾਂ ਦੇ ਵਿੱਚ। ਸਾਡੇ ਪਾਰਟੀਆਂ ਦਾ ਰਿਵਾਜ਼ ਮੇਰੇ ਖਿਆਲ ਇਸ ਲੈਵਲ 'ਤੇ ਘੱਟ ਹੈ ਥੋੜ੍ਹਾ ਜਿਹਾ, ਕਿਉਂਕਿ ਹੁਣ ਕਾਫੀ ਦਿਨ ਲੰਘ ਗਏ ਨੇ, 4 ਜੂਨ ਤੋਂ ਬਾਅਦ ਰਿਜ਼ਲਟ ਆ ਗਏ, ਤਾਂ ਪਾਰਟੀ ਇਹ ਤਾਂ ਮਹਿਸੂਸ ਕਰਦੀ ਹੋਣਾ ਕਿ ਬੈਠੋ ਕੋਈ ਮੀਟਿੰਗ ਸੱਦੀ ਜਾਂਦੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੱਦੀ ਜਾਂਦੀ, ਜਾਂ ਪਹਿਲਾਂ ਉਹਦੀ ਉੱਪਰਲੀ ਕੋਈ ਬਾਡੀ ਦੀ ਸੱਦੀ ਜਾਂਦੀ ਜਿਹਦੇ 'ਚ ਇਹ ਗੱਲ ਕਰਦੇ। ਜਦੋਂ ਤੁਸੀਂ ਇਹ ਗੱਲ ਨਹੀਂ ਕਰਦੇ, ਫਿਰ ਉਹ ਬੰਦੇ ਜਿਹੜੇ ਉਬਲੇ ਹੁੰਦੇ ਨੇ ਅੰਦਰ ਅੰਦਰ, ਜਾਂ ਉਹਨਾਂ ਦੀ ਦਿਲਚਸਪੀ ਵੀ ਆਪੋ ਆਪਣੀ ਹੁੰਦੀ ਹੈ, ਜਾਂ ਅੰਦਰ ਵੀ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ, ਆਹ ਰੀਜਨ, ਫਿਰ ਉਹ ਆਟੋਮੈਟਿਕਲੀ ਕਹਿਣਾ ਸ਼ੁਰੂ ਕਰਦੇ ਨੇ ਕਿਤੇ ਨਾ ਕਿਤੇ ਹੋਰ ਜਾ ਕੇ। ਤੁਸੀਂ ਕਹਿੰਦੇ ਹੋ ਅੰਦਰਲੇ ਪਲੇਟਫਾਰਮ ਤੇ ਕਰੋ, ਪਲੇਟਫਾਰਮ ਜੇ ਐਕਟਿਵ ਨਹੀਂ ਹੈ, ਪਲੇਟਫਾਰਮ ਸੱਦਿਆ ਹੀ ਨਹੀਂ ਗਿਆ ਜਿਹਦੇ ਤੇ ਗੱਲ ਕਰਨ, ਤਾਂ ਫਿਰ ਬਾਹਰ ਹੀ ਗੱਲ ਹੋਣੀ ਹੈ। ਇਹ ਤਾਂ ਜਦੋਂ ਗੱਲਾਂ ਚੱਲੀਆਂ ਤਾਂ ਰਾਜਾ ਵੜਿੰਗ ਨੇ ਕਿ ਜ਼ਿਲ੍ਹੇ ਪ੍ਰਧਾਨਾਂ ਦੀ ਮੀਟਿੰਗ ਬਣਾ ਦੀ, ਨਹੀਂ ਤਾਂ ਸ਼ਾਇਦ ਇਹ ਹੋਰ ਵੀ ਲੇਟ ਹੋ ਜਾਂਦੀ ਇਹ ਮੀਟਿੰਗ ਵੀ। ਔਰ ਹਾਲਾਂਕਿ ਚਾਹੀਦਾ ਇਹ ਹੁੰਦਾ ਕਿ ਜਦੋਂ ਤੁਸੀਂ ਬਾਈ ਇਲੈਕਸ਼ਨਾਂ ਵੀ ਲੜਨ ਜਾ ਰਹੇ ਹੋ,
ਤੁਹਾਨੂੰ ਤਾਂ ਹੋਰ ਵੀ ਜ਼ਿਆਦਾ ਤੇਜ਼ੀ ਨਾਲੇ ਮੀਟਿੰਗਾਂ ਬੁਲਾਉਣੀਆਂ ਚਾਹੀਦੀਆਂ ਸੀ ਵਰਕਰਾਂ ਦਾ ਮੋਰਲ ਬੂਸਟ ਕਰਨ ਵਾਸਤੇ। ਔਰ ਰਾਜਾ ਬੜਿੰਗ ਦੀ ਤਾਂ ਆਪਣੀ ਸੀਟ ਖਾਲੀ ਹੋਈ ਹੈ, ਜਿੱਥੇ ਗਿੱਦੜਬਾਹੇ ਦੇ ਵਿੱਚ ਵੀ ਬਾਈ ਇਲੈਕਸ਼ਨ ਹੋਣੀ ਹੈ, ਜਲਦੀ ਹੋਣੀ ਹੈ। ਇਹ ਜਦੋਂ ਪਲੇਟਫਾਰਮ ਨਹੀਂ ਦਿੰਦੇ ਤਾਂ ਲਾਜ਼ਮੀ ਹੁਣ ਜ਼ਿਲ੍ਹਾ ਪ੍ਰਧਾਨਾਂ 'ਚ ਕਈਆਂ ਨੂੰ ਇਤਰਾਜ਼ ਹੈ ਕਿ ਸਾਨੂੰ ਫਿਰ ਬੁਲਾ ਲੈਂਦੇ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੂੰ ਵੀ ਵਿੱਚ ਹੀ, ਅਤੇ ਅਸੀਂ ਵੀ ਆਪਣੀ ਗੱਲ ਉਸ ਪਲੇਟਫਾਰਮ 'ਤੇ ਕਹਿੰਦੇ। ਔਰ ਈਵਨ ਦਵਿੰਦਰ ਯਾਦਵ ਜੇ ਇੱਥੇ ਦੇ ਇੰਚਾਰਜ ਨੇ, ਜਿਹਨਾਂ ਨੂੰ ਦਿੱਲੀ ਦੀ ਵੀ ਪ੍ਰਧਾਨਗੀ ਦੇ ਦਿੱਤੀ ਗਈ ਹੈ ਮੋੜ ਕੇ ਜਦੋਂ ਲਵਲੀ ਚਲਾ ਗਿਆ, ਅਤੇ ਉਹ ਹੁਣ ਦਿੱਲੀ ਦਾ ਰਿਵਿਊ ਕਰਨ ਜਾਂ ਪੰਜਾਬ ਦਾ, ਅਜੇ ਤੱਕ ਇੱਥੇ ਐਜ ਏ ਇੰਚਾਰਜ ਆ ਕੇ ਕੋਈ ਮੀਟਿੰਗ ਮੂਟਿੰਗ ਤਾਂ ਕੀਤੇ ਨੇ ਜਿਹਦੇ ਨਾਲ ਬੈਠ ਕੇ ਗੱਲ ਕੀਤੀ ਹੋਵੇ ਕਿ ਹਾਂਜੀ ਆਪਾਂ ਕੀ ਕਰੀਏ ਕਿਵੇਂ ਕਰੀਏ। ਹਾਂ ਪਾਰਟੀ ਕੋਲ ਇੱਕ ਗੱਲ ਜ਼ਰੂਰ ਹੁੰਦੀ ਹੈ ਵੀ ਐਂ ਕਰਦੇ ਹੋ ਨੁਕਸਾਨ ਹੁੰਦਾ, ਅਤੇ ਪਲੇਟਫਾਰਮ 'ਤੇ ਕਹੋ, ਬਿਲਕੁਲ ਇਹਦਾ ਇੱਕ ਅਸਰ ਪੈਂਦਾ ਹੀ ਹੈ ਜਦੋਂ ਕੋਈ ਹਾਈਕਮਾਂਡ 'ਚੋਂ ਇਹ ਕਹਿੰਦਾ ਕਿ ਜੀ ਨਾ ਜਾਓ। ਪਰ ਉਹਨਾਂ ਨੇ ਗੱਲ ਕਰਤੀ ਹੈ ਹੁਣ ਪਬਲਿਕ ਡੋਮੇਨ 'ਚ, ਜਿੰਨੇ ਬੰਦਿਆਂ ਨੇ ਗੱਲ ਕਰਤੀ। ਜੇ ਤੁਸੀਂ ਹੁਣ ਇਹਨੂੰ ਕਿਸੇ ਪਲੇਟਫਾਰਮ 'ਤੇ ਨਹੀਂ ਕਰੋਗੇ ਬੁਲਾ ਕੇ ਜਲਦੀ, ਤਾਂ ਉਹਦਾ ਲੋਸ ਉਦੋਂ ਜ਼ਿਆਦਾ ਹੋ ਜਾਣਾ। ਪਬਲਿਕ 'ਚ ਤਾਂ ਇਹ ਗੱਲ ਚਲੀ ਗਈ, ਲੋਕਾਂ ਦੇ ਕਹਿੰਦੇ ਨੇ ਜ਼ੁਬਾਨੋਂ ਨਿਕਲੀ ਗੱਲ ਜਿਹੜੀ ਗੱਲ ਹੈ, ਅਤੇ ਕਮਾਨੋਂ ਨਿਕਲਿਆ ਤੀਰ ਹੈ, ਉਹ ਵਾਪਸ ਤਾਂ ਆਉਂਦੇ ਨਹੀਂ। ਹੁਣ ਤੁਹਾਡਾ ਇੱਕ ਗੱਲਾਂ ਤਾਂ ਚਲੀਆਂ ਗਈਆਂ, ਇਹ ਚਲੀਆਂ ਗਈਆਂ ਨੇ, ਹੁਣ ਤੁਸੀਂ ਲੋਕਾਂ ਨੂੰ ਦੱਸਣਾ ਵੀ ਅਸੀਂ ਪਾਜ਼ਿਟਿਵ ਨੈਗੇਟਿਵ ਕੀ ਕੀਤਾ ਅਤੇ ਇਹਨੂੰ ਕਿਵੇਂ ਸੁਧਾਰਾਂਗੇ, ਆਪਣੇ ਬੰਦਿਆਂ ਨੂੰ ਨਹੀਂ ਇਕੱਲਿਆਂ ਨੂੰ ਦੱਸਣਾ। ਇਸ ਕਰਕੇ ਕੋਈ ਨਾ ਕੋਈ ਮੀਟਿੰਗ ਬੁਲਾ ਕੇ ਪੰਜਾਬ ਜਿਹੜੀ ਹੈ ਵੱਡਾ ਜਿਹੜਾ ਇੱਕ ਜਨਰਲ ਮੀਟਿੰਗ ਹੁੰਦੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਾਂ ਬਾਕੀ ਦੀ, ਉੱਥੇ ਜਦੋਂ ਗੱਲ ਕਰੋਗੇ ਤਾਂ ਤੁਹਾਡੇ ਵਰਕਰਾਂ ਨੂੰ ਅੰਡਰਸਟੈਂਡਿੰਗ ਵੀ ਹੋਏਗੀ, ਸਮਝ ਵੀ ਆਏਗੀ ਜਿਹੜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਅਤੇ ਫਿਰ ਹੀ ਉਹ ਲੋਕਾਂ 'ਚ ਜਾ ਕੇ ਕੋਈ ਗੱਲ ਕਰ ਪਾਉਣਗੇ, ਨਹੀਂ ਤਾਂ ਨਹੀਂ ਕਰ ਪਾਉਣਗੇ। ਹੋ ਸਕਦਾ ਫਾਰ ਦੀ ਟਾਈਮਿੰਗ ਇਹ ਚੀਜ਼ਾਂ ਹਜੇ ਬੰਦ ਹੋ ਜਾਣ, ਵੀ ਜਿੰਨਾ ਚਿਰ ਬਾਈ ਇਲੈਕਸ਼ਨ ਚੱਲਦੀ ਹੈ ਉਨਾ ਚਿਰ ਚੁੱਪ ਕਰਕੇ ਚਲਾਓ, ਬਾਅਦ 'ਚ ਦੇਖ ਲਾਂਗੇ, ਫਿਰ ਬਾਅਦ ਤੱਕ ਵੀ ਹੋਊਗੀ ਹੋਊਗੀ, ਗੱਲਾਂ ਤਾਂ ਹੋਣੀਆਂ ਨੇ ਜੀ। ਮੈਂ ਅਗਲੀ ਅਹਿਮ ਗੱਲ ਜਿਹੜੀ ਲੈਣਾ ਚਾਹੁੰਦਾ ਕਿ ਜਦੋਂ ਕੇਂਦਰ ਸਰਕਾਰ ਨੇ ਇੱਕ ਪ੍ਰਾਪਤੀ ਵਾਂਗ ਇਸ ਗੱਲ ਨੂੰ ਕਿ ਉਹਨਾਂ ਨੇ ਫਸਲ ਦੇ ਮੁੱਲ ਵਧਾ ਤੇ, ਝੋਨਾ 117 ਰੁਪਏ ਵਧਾ ਤਾ ਪ੍ਰਤੀ ਕੁਇੰਟਲ, ਤਾਂ ਇੱਕ ਤਰ੍ਹਾਂ ਨਾਲ ਪ੍ਰਾਪਤੀ ਮੰਨੀ ਜਾ ਰਹੀ ਸੀ ਕਿ ਖੁਸ਼ ਹੋ ਜਾਣਗੇ ਸਾਰੇ, ਖੁਸ਼ ਕੋਈ ਨਹੀਂ ਹੋਇਆ। ਕਿਸਾਨ ਜਥੇਬੰਦੀਆਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਕਰਕੇ ਇਹਦੇ ਖਿਲਾਫ ਭੜਾਸ ਕੱਢੀ। ਆਮ ਆਦਮੀ ਪਾਰਟੀ ਸੱਤਾਧਾਰੀ ਜਿਹੜੇ ਪੰਜਾਬ ਦੇ, ਉਹਨਾਂ ਨੇ ਵੀ, ਅਕਾਲੀ ਦਲ ਨੇ ਵੀ, ਬਾਜਵਾ ਨੇ ਵੀ, ਸਾਰਿਆਂ ਨੇ ਕਿਹਾ ਕਿ ਪ੍ਰਵਾਨ ਯੋਗ ਨਹੀਂ ਹੈ, ਇਹ ਲਾਗਤ ਕੀਮਤ ਨਾਲ ਜੋੜੋ ਇਹਨੂੰ, ਸਾਰੀਆਂ ਗੱਲਾਂ। ਪਰ ਹੁਣ ਜਿਹੜੀ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਗੱਲ ਆ ਰਹੀ ਹੈ, ਉਹ ਇਸ ਵਾਰੀ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆ ਸਕਦੇ ਨੇ MSP ਦੀ ਕਾਨੂੰਨੀ ਗਰੰਟੀ ਦੇ ਸੰਦਰਭ ਵਿੱਚ। ਇਹਦੇ ਕੀ ਮਾਅਨੇ ਨੇ ਜੀ? ਜੇ ਪਾਰਲੀਮੈਂਟ ਵਿੱਚ ਕੋਈ ਵੀ ਬੰਦਾ, ਕੋਈ ਵੀ ਮੈਂਬਰ ਪਾਰਲੀਮੈਂਟ ਇਹ ਬਿੱਲ ਲੈ ਆਉਂਦਾ ਹੈ, ਕੀ ਇਹਨੂੰ ਸਮਰਥਨ ਕੁਝ ਮਿਲ ਜਾਊਗਾ? ਹੁਣ ਜਦੋਂ ਕਿ ਭਾਰਤੀ ਜਨਤਾ ਪਾਰਟੀ ਕੋਲ ਸਪਸ਼ਟ ਬਹੁਮਤ ਨਹੀਂ ਹੈ, ਉਹਨਾਂ ਕੋਲੋਂ ਵਿਅਕਤੀਗਤ ਤੌਰ ਤੇ ਕੀ ਜਿਹੜੀਆਂ ਨਤੀਸ਼ ਜਾਂ ਬਾਕੀ ਧਿਰਾਂ, ਤੇਲਗੂ ਦੇਸ਼ਮ ਜਾਂ ਹੋਰ, ਉਹ ਸਿੱਧੇ ਨੰਗੇ ਚਿੱਟੇ ਰੂਪ ਚ ਕਿਸਾਨੀ ਵਿਰੋਧ ਵਿੱਚ ਖੜੀਆਂ ਹੋ ਸਕਦੀਆਂ? ਜੇ ਕੋਈ ਐਸਾ ਬਿੱਲ ਆਵੇ, ਤੁਹਾਨੂੰ ਲੱਗਦਾ ਕਿ ਪਾਰਲੀਮੈਂਟ ਵਿੱਚ ਘੱਟੋ ਘੱਟ ਜੇ ਪਾਸ ਨਾ ਹੋਵੇ ਤਾਂ ਰੌਲੇ ਤਾਂ ਪੈ ਹੀ ਜਾਣਗੇ ਜੀ? ਨਹੀਂ, ਇਹ ਵੀ ਇੱਕ ਟੂਲ ਹੁੰਦਾ, ਬੜਾ ਇੰਪੋਰਟੈਂਟ ਟੂਲ ਹੁੰਦਾ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ, ਕਿ ਤੁਸੀਂ ਅੰਦਰਲੀ ਲੜਾਈ ਨੂੰ ਵੀ ਲੜਾਈ ਬਣਾ ਦਿਓ ਤੇ ਬਾਹਰ ਤਾਂ ਜੋ ਲੜ ਰਹੇ ਹੋ ਲੜ ਹੀ ਰਹੇ ਹੋ ਜੇਕਰ ਇਸ ਮਾਮਲੇ ਦੇ ਵਿੱਚ। ਔਰ ਇਹ ਪਹਿਲੀ ਵਾਰ ਨਹੀਂ ਹੈ, ਇਸ ਮਾਮਲੇ 'ਚ ਦੋ ਬਿੱਲਾਂ ਦੇ ਡਰਾਫਟ ਆਲਰੇਡੀ ਬਣੇ ਹੋਏ ਨੇ, ਇੱਕ ਕਰਜ਼ਾ ਮਾਫੀ ਵਾਲੇ ਦਾ ਅਤੇ ਇੱਕ ਕਾਨੂੰਨੀ ਗਰੰਟੀ ਦਾ MSP ਦੇ ਮਾਮਲੇ 'ਚ। ਬਿੱਲਾਂ ਦੇ ਡਰਾਫਟ ਨੇ ਆਲਰੇਡੀ, 2018 ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਦੇ ਤੌਰ 'ਤੇ ਇਹ ਪੇਸ਼ ਵੀ ਹੋ ਚੁੱਕਿਆ ਹੈ ਪਾਰਲੀਮੈਂਟ ਦੇ ਵਿੱਚ। ਔਰ ਉਦੋਂ ਪਰ ਕਿਉਂਕਿ ਉਹ ਬਿੱਲ ਦੀ ਕੋਈ ਗੱਲ ਨਹੀਂ ਉਸ ਲੈਵਲ 'ਤੇ ਹੁੰਦੀ, ਅਤੇ ਬਹੁਤ ਜ਼ਿਆਦਾ ਨਾ ਸਪੀਕਰ ਨੇ ਦਿੱਤਾ ਨਾ ਕਿਸੇ ਨੇ, ਉਹ ਅਲੱਗ ਗੱਲ ਹੈ, ਇਦੋਂ ਪਹਿਲਾਂ ਆਲਰੇਡੀ ਹੋਇਆ ਹੋਇਆ। ਔਰ 2018 'ਚ ਸਭ ਨੂੰ ਪਤਾ ਕਿ ਇੱਕ ਬਹੁਤ ਬੜਾ ਕਾਂਡ ਵਾਪਰਿਆ ਸੀ,
ਮੰਦਸੌਰ ਦੇ ਵਿੱਚ 5 ਕਿਸਾਨ ਗੋਲੀ ਨਾਲ ਮਾਰੇ ਗਏ ਸੀ ਮੱਧ ਪ੍ਰਦੇਸ਼ ਦੇ ਵਿੱਚ, ਜਿਹਦੀ ਜ਼ਿੰਮੇਵਾਰੀ ਜਿਹਦੇ 'ਤੇ ਲੋਕਾਂ ਨੇ ਇਤਰਾਜ਼, ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਚੌਹਾਨ ਨੂੰ ਖੇਤੀ ਮੰਤਰੀ ਮੰਤਰਾਲਾ ਦੇਣ 'ਤੇ ਵਿਰੋਧ ਕੀਤਾ ਕਿ ਉਹਨੇ ਉਹਦੇ ਚੀਫ ਮਿਨਿਸਟਰ ਹੁੰਦੇ ਹੋਏ ਕਿਸਾਨ ਗੋਲੀਆਂ ਨਾਲ ਮਰੇ ਨੇ, ਉਹਨੂੰ ਕਿਉਂ ਦਿੱਤਾ ਅਤੇ ਉਹਦੀ ਕੋਈ ਉਹ ਨਹੀਂ, ਮਤਲਬ ਗੱਲ ਨਹੀਂ ਹੈ। ਉਦੋਂ ਤੋਂ ਬਾਅਦ ਹੀ ਲਗਾਤਾਰ ਮੱਧ ਪ੍ਰਦੇਸ਼ ਦੇ ਵਿੱਚ ਅਤੇ ਕਈ ਸਟੇਟਾਂ ਦੇ ਵਿੱਚ ਇੱਕ ਬੜਾ ਵਿਆਪਕ ਮੁਹਿੰਮ ਫੈਲੀ ਸੀ। ਇਹ ਉਹ ਮੈਨੂੰ ਲੱਗਦਾ ਸੈਮੀ ਫਾਈਨਲ ਸੀ 2020 ਵਾਲੇ ਵੱਡੇ ਮੋਰਚੇ ਦਾ, ਜੇ ਉਹਨੂੰ ਜੋੜ ਕੇ ਦੇਖੋ। ਔਰ ਕਿੰਨੀਆਂ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਤੋਂ ਅੰਦੋਲਨ ਸ਼ੁਰੂ ਹੋਇਆ ਸੀ, ਹੌਲੀ ਹੌਲੀ ਕਿਸਾਨ ਆਗੂ ਉਹਦੇ 'ਚ ਇਨਵੋਲਵ ਹੋਏ ਸੀ ਔਰ ਉਹ ਹੇਠੋਂ ਸ਼ੁਰੂ ਹੋਇਆ ਅੰਦੋਲਨ ਸੀਗਾ। ਉਹੋ ਜਿਹਾ ਹੀ ਜਿਹੜਾ ਖਰੜਾ, ਮੈਨੂੰ ਨਹੀਂ ਪਤਾ ਉਹੀ ਖਰੜੇ ਹੋਣਗੇ ਜਾਂ ਉਹਨਾਂ ਖਰੜਿਆਂ ਨੂੰ ਕੋਈ ਤਬਦੀਲ ਕੀਤਾ ਜਾਏਗਾ। ਉਹਨਾਂ ਖਰੜਿਆਂ ਨੂੰ ਬਣਾਉਣ ਦੇ ਵਿੱਚ, ਉਹਨਾਂ ਖਰੜਿਆਂ ਨੂੰ ਤਿਆਰ ਕਰਨ 'ਚ ਜੋਗਿੰਦਰ ਯਾਦਵ ਵਗੈਰਾ ਇਹ ਟੀਮ ਦਾ ਕਾਫੀ ਰੋਲ ਸੀਗਾ ਖਰੜੇ ਬਣਾਉਣ ਦੇ ਵਿੱਚ। ਔਰ ਈਵਨ ਪੀ ਸਾਈ ਨਾਥ ਉਹਨਾਂ ਦਾ ਵੀ ਰੋਲ ਉਹਨਾਂ ਮੂਵਮੈਂਟਾਂ ਦੇ ਵਿੱਚ ਕਾਫੀ ਸੀ, ਕੁਝ ਸਕਾਲਰ ਲੈਵਲ ਦੇ ਬੰਦੇ ਸੀਗੇ ਜਿਹੜੇ ਇਸ ਲੈਵਲ ਤੇ ਗੱਲ ਕਰਦੇ ਸੀ। ਹੁਣ ਐਤਕੀ ਮਾਹੌਲ ਬਦਲਿਆ ਹੋਇਆ, ਬਦਲਿਆ ਹੋਇਆ ਇਹ ਹੈ ਕਿ ਇੱਕ ਤਾਂ ਇੰਡੀਆ ਅਲਾਇੰਸ ਦਾ ਜਿਹੜਾ ਮੈਨੀਫੈਸਟੋ ਹੈ ਉਹਨੇ ਕਮਿਟ ਕੀਤਾ ਹੋਇਆ ਕਿ ਅਸੀਂ ਲੀਗਲ ਗਰੰਟੀ ਦੇਵਾਂਗੇ ਜੇਕਰ ਅਸੀਂ ਆ ਜਾਂਦੇ ਹਾਂ, ਤੇ ਇਹਦਾ ਮਤਲਬ ਉਹ ਤਾਂ ਸਾਰੇ ਫਿਰ ਸਹਿਮਤ ਹੋਣਗੇ ਹੀ ਨਾ, ਜੇ ਉਹਨਾਂ ਚੋਂ ਹੀ ਕੋਈ ਲਿਆਊਗਾ, ਪ੍ਰਾਈਵੇਟ ਮੈਂਬਰ ਬਿਲ ਵੀ ਕੌਣ ਲਿਆਊਗਾ, ਤੇ ਜੇ ਸਰਕਾਰ ਨਹੀਂ ਹੋ ਸਕਦਾ ਕਾਂਗਰਸ, ਡਾਕਟਰ ਗਾਂਧੀ ਨੂੰ ਕਹਿਣ, ਇਹ ਕਿਸੇ ਹੋਰ ਨੂੰ ਕਹਿਣ, ਕਾਂਗਰਸ ਚੋਂ ਕਿਸੇ ਨੂੰ ਕਹਿਣ, ਜੇ ਪੰਜਾਬ ਚੋਂ ਕਹਿਣਾ ਹੋਵੇ ਜਾਂ ਕਿਸੇ ਨੂੰ ਹਰਿਆਣੇ ਚੋਂ ਕਹਿਣਾ ਹੋਵੇ ਜਾਂ ਕਿਸੇ ਹੋਰ ਜਿੱਥੋਂ ਵੀ ਮਰਜ਼ੀ, ਮਤਲਬ ਜਿਹਦੀ ਵੀ ਡਿਊਟੀ ਪਾਰਟੀ ਲਾਏ ਆਏਗੀ। ਔਰ ਦਿਲਚਸਪੀ ਫਿਰ ਇਹ ਹੋਏਗੀ, ਤੇ ਜੇ ਬੀਜੇਪੀ ਨੇ ਨਹੀਂ ਵੀ ਕੀਤਾ ਤਾਂ ਬੀਜੇਪੀ ਜਿਹੜੇ ਅਲਾਇੰਸ ਪਾਰਟਨਰ ਨੇ ਉਹ ਕਿੱਧਰ ਖੜਨਗੇ ਇਸ ਮਾਮਲੇ 'ਚ, ਇਹ ਬੜਾ, ਕਿਉਂਕਿ ਜਦੋਂ ਸਰਕਾਰ ਕੋਲੀਸ਼ਨ ਹੁੰਦੀ ਹੈ ਤਾਂ ਇਹਦੇ 'ਚ ਨਾਪਤੋਲ 'ਚ ਬੜੀਆਂ ਚੀਜ਼ਾਂ ਆ ਜਾਂਦੀਆਂ ਨੇ ਬਹੁਤ। ਔਰ ਉਹ ਇਹ ਤਾਂ ਮਜਬੂਰ ਕਰ ਹੀ ਸਕਦੇ ਨੇ ਵੀ ਇਹਦੇ 'ਤੇ ਚਰਚਾ ਤਾਂ ਕਰਾਓ ਨਾ ਘੱਟੋ ਘੱਟ, ਇਹ ਬਿੱਲ ਹੈ, ਔਰ ਚਰਚਾ ਕਰਾ ਕੇ ਉਹ ਡਰੋਪ ਹੁੰਦਾ ਨਹੀਂ ਹੁੰਦਾ, ਇੱਥੇ ਵੋਟਿੰਗ ਕਰਾਓ, ਬਾਕੀ ਚੀਜ਼ਾਂ ਨੇ। ਔਰ ਆਪੋਜੀਸ਼ਨ ਤਕੜੀ ਆ ਇਸ ਸਮੇਂ, ਤੇ ਉਹ ਮਜਬੂਰ ਕਰਨ ਦੇ ਹੈਸੀਅਤ 'ਚ ਵੀ ਹੈ ਇਹੋ ਜਿਹੀਆਂ ਗੱਲਾਂ ਦੇ ਉੱਤੇ ਕਿ ਜੇ ਤੁਸੀਂ ਗੱਲ ਵੀ ਨਹੀਂ ਕਰਦੇ ਤਾਂ ਜੇ ਬਾਹਰ ਕਿਸਾਨ ਅੰਦੋਲਨ ਡਿਵੈਲਪ ਹੋਏਗਾ ਤੇ ਅੰਦਰ ਇਹ ਗੱਲ ਹੋਏਗੀ ਤਾਂ ਸਰਕਾਰ ਲਈ ਇੱਕ ਸੰਕਟ ਤਾਂ ਪੈਦਾ ਹੋ ਹੀ ਸਕਦਾ ਹੈ ਇਸ ਸਾਰੇ ਮਾਮਲੇ ਦੇ ਵਿੱਚ। ਸਰਕਾਰ ਕਹੇ ਕਿ ਆਪੋ ਆਪਣੇ ਤਰਕ ਦੇਵੇ ਕਿ ਕਿਉਂ ਨਹੀਂ ਇਹ ਹੋ ਸਕਦਾ, ਵਿਰੋਧੀ ਆਪਣੇ ਤਰਕ ਹੋਣ ਦੇਣਗੇ। ਔਰ ਵੈਸੇ ਬੜੀ ਦੇਰ ਤੋਂ ਚੱਲਦਾ ਪੀ ਜੇ ਸਪੀਕਰ ਦਾ ਰੋਲ ਇਹੋ ਜਿਹੇ ਮੌਕਿਆਂ ਤੇ ਬੜਾ ਅਹਿਮ ਹੁੰਦਾ, ਇਸੇ ਕਰਕੇ ਮੰਨਿਆ ਜਾ ਰਿਹਾ ਸੀ ਹੌਲੀ ਹੌਲੀ, ਕਦੇ ਉਧਵ ਠਾਕਰੇ ਦੀ ਪਾਰਟੀ ਕਦੇ ਇਧਰੋਂ ਉਧਰੋਂ ਗੱਲ ਉੱਠਦੀ ਸੀ ਵੀ ਤੇਲਗੂ ਦੇਸਮ ਇੱਥੇ ਆਪਣਾ ਬੰਦਾ ਖੜਾ ਕਰੇ, ਅਸੀਂ ਨਾਲ ਆ। ਜਿਹੜੇ ਸਪੀਕਰ ਦਾ ਰੋਲ ਹੁੰਦਾ, ਤੁਹਾਨੂੰ ਲੱਗਦਾ ਇਹ ਕਾਫੀ ਅਹਿਮ ਆ ਜੇ ਬਹਿਸ ਕਿਸੇ ਦੀ ਇਜਾਜ਼ਤ ਦੇਣੀ ਕਿਸੇ ਬਿੱਲ ਨੂੰ ਪ੍ਰਵਾਨ ਕਰਨਾ ਜਾਂ ਚੀਜ਼ਾਂ, ਕੀ ਕਹਿੰਦੇ ਹੋ? ਨਹੀਂ ਬਿਲਕੁਲ, ਬਹੁਤ ਅਹਿਮ ਹੈ। ਕਈ ਚੀਜ਼ਾਂ ਸਪੀਕਰ ਦੀ ਡਿਸਕ੍ਰਿਪਸ਼ਨ ਤੇ ਹੁੰਦੀਆਂ ਨੇ ਕਿ ਚਲੋ ਬਹਿਸ ਤਾਂ ਕਰਾ ਲਓ ਬਾਅਦ 'ਚ, ਮੈਂ ਇਹਨੂੰ ਅਡੋਪਟ ਕਰ ਲਿਆ, ਹੁਣ ਲੈ ਲਿਆ ਰਿਕਾਰਡ ਤੇ ਅੱਗੇ ਚੱਲਦੇ ਆ। ਸਪੀਕਰ ਬਹੁਤ ਅਹਿਮ ਰੋਲ 'ਚ ਹੁੰਦਾ, ਇਕੱਲਾ ਦਲ ਬਦਲੀ ਵਾਲੇ ਮਾਮਲੇ 'ਚ ਨਹੀਂ ਹੁੰਦਾ, ਮਤਲਬ ਇਹੋ ਜਿਹੇ ਮਾਮਲਿਆਂ ਦੇ ਵਿੱਚ ਵੀ ਹੁੰਦਾ। ਪਰ ਨਾਲ ਦੀ ਨਾਲ ਇੱਕ ਗੱਲ ਇਹ ਸੀਗੀ ਕਿ ਚੰਦਰ ਬਾਬੂ ਨਾਇਡੂ ਆਈ ਟੀ ਬੋਆਏ ਦੇ ਤੌਰ ਦੇ ਉੱਤੇ, ਮਤਲਬ ਆਈ ਟੀ ਦੇ ਮਾਮਲੇ 'ਚ ਕੰਟਰੀ 'ਚ ਸਭ ਤੋਂ ਵੱਡਾ ਬੰਦੇ ਦੇ ਤੌਰ 'ਤੇ ਇੱਕ ਵਾਰ ਉਭਰਿਆ ਸੀ ਚਿਹਰੇ ਦੇ ਤੌਰ 'ਤੇ, ਹੈਦਰਾਬਾਦ ਜਿਸ ਢੰਗ ਨਾਲ ਹੋਇਆ ਸਭ ਨੂੰ ਦਿਖਾਈ ਦਿੰਦਾ ਸੀ, ਪਰ ਬੜਾ ਲੰਮਾ ਸਮਾਂ ਸੱਤਾ ਤੋਂ ਦੂਰ ਰਹਿਣਾ ਪਿਆ ਕਿਉਂਕਿ ਰੂਰਲ ਬੈਲਟ ਛੱਡ ਦਿੱਤੀ ਗਈ ਸੀ। ਦੁਬਾਰਾ ਯਾਤਰਾ ਕਰ ਕਰਕੇ ਉਹਨੇ ਰੂਰਲ ਬੈਲਟ ਨਾਲ ਕੁਨੈਕਟ ਕੀਤਾ। ਚੰਦਰ ਬਾਬੂ ਨੂੰ, ਮੈਨੂੰ ਪਤਾ ਕਿਸਾਨੀ ਦੀ ਤਾਕਤ ਦਾ ਕਿ ਜੇ ਸੱਤਾ 'ਚ ਆਉਣਾ ਤਾਂ ਕਿਸ ਲੈਵਲ 'ਤੇ ਹੈ, ਉਹ ਬੀਜੇਪੀ ਨਾਲ ਖੜਨ ਦੀ ਹਿੰਮਤ ਕਰਨਗੇ ਜਾਂ ਫਿਰ ਇਸ ਬਿੱਲ 'ਤੇ ਇੱਧਰ ਖੜਨ ਦੀ ਕੋਸ਼ਿਸ਼ ਕਰਨਗੇ, ਕਿੱਧਰ ਜਾਣਗੇ, ਮਤਲਬ ਇਹ ਚੀਜ਼ਾਂ ਸਾਥ ਨੇ। ਦੂਜੀ ਗੱਲ ਬਿਹਾਰ ਦਾ ਮਾਮਲਾ, ਬਿਹਾਰ ਦਾ ਕਿਸਾਨ ਤੇ ਮਜ਼ਦੂਰ ਜਿਹਨੂੰ ਜਿੱਥੇ ਮੰਡੀਕਰਨ ਬਿਲਕੁਲ ਨਹੀਂ ਹੈ, ਜਦ ਹੁਣ ਉੱਥੇ ਇਹ ਅਵੇਅਰਨੈਸ ਗਈ ਹੈ ਕਿ ਜਿੱਥੇ ਜਿੱਥੇ MSP ਤੇ ਖਰੀਦ ਹੈ ਉਹਨਾਂ ਨੂੰ ਤਾਂ ਕਾਫੀ ਪੈਸੇ ਮਿਲਦੇ ਨੇ, ਜਿੱਥੇ MSP ਤੇ ਨਹੀਂ ਹੈ ਤੇ ਉੱਥੇ ਨਹੀਂ ਮਿਲਦੇ, ਤਾਂ ਇੱਕ ਆਰਗੇਨਾਈਜ਼ ਹੋਣ ਦਾ ਇੱਕ ਸਿਸਟਮ ਉੱਧਰ ਵੀ ਡਿਵੈਲਪ ਹੋ ਜਾਂਦਾ। ਇਸ ਲਈ ਇਹ ਪ੍ਰੈਸ਼ਰ ਬਣੂਗਾ,
ਪ੍ਰੈਸ਼ਰ 'ਚ ਫਿਰ ਸਾਰੇ ਜਿਹੜੇ ਗਰੁੱਪ ਨੇ ਆਪੋ ਆਪਣੇ ਢੰਗ ਨਾਲ ਆਪੋ ਆਪਣੇ ਵੋਟ ਬੈਂਕ ਨੂੰ ਦੇਖਣਗੇ, ਆਪੋ ਆਪਣੇ ਵੋਟ ਬੈਂਕ ਨੂੰ ਤੋਂ ਦੇਖ ਕੇ ਸਟੈਂਡ ਲਿਆ ਜਾਊਗਾ, ਉਹ ਮਤਲਬ ਸੁਪਰਫੀਸ਼ੀਅਲ ਸਟੈਂਡ ਨਹੀਂ ਲੈ ਸਕਣਗੇ। ਔਰ ਇਹ ਇੱਕ ਟੈਕਟੀਕਲੀ ਮੇਰੇ ਖਿਆਲ ਹੈ ਬੇਹੱਦ ਇੰਪੋਰਟੈਂਟ ਮੂਵ ਹੋਏਗੀ, ਇੱਕ ਇੱਕ ਚੰਗੀ ਮੂਵ ਹੋਏਗੀ। ਜੇਕਰ ਇਹ ਜ਼ਰੂਰੀ ਨਹੀਂ ਕਿ ਐਸੇ ਸੈਸ਼ਨ 'ਚ ਆਏ, ਐਸੇ ਸੈਸ਼ਨ 'ਚ ਆ ਜਾਂਦਾ ਜਾਂ ਅਗਲੇ ਸੈਸ਼ਨ 'ਚ ਆ ਜਾਂਦਾ ਉਹ ਪਤਾ ਨਹੀਂ ਹੈ, ਪਰ ਡਰਾਫਟ ਆਏਗਾ ਤਾਂ ਇੱਕ ਨਵੇਂ ਐਂਗਲ ਤੋਂ ਡਿਬੇਟ ਬਹਿਸ ਜ਼ਰੂਰ ਹੋਏ ਜੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜੇ ਇਹ ਆ ਗਿਆ ਬਿੱਲ ਪੇਸ਼ ਹੋਇਆ ਤੇ ਬਿੱਲ ਅੱਗੇ ਵਧਾ ਦਿੱਤਾ ਗਿਆ, ਪ੍ਰਵਾਨ ਕਰ ਲਿਆ ਗਿਆ ਸਪੀਕਰ ਵੱਲੋਂ ਬਹਿਸ ਲਈ ਆ ਗਿਆ, ਤਾਂ ਫਿਰ ਬਹੁਤ ਮੁਸ਼ਕਲ ਹੋਣ ਵਾਲੀ ਆ ਤੇ ਬਹੁਤ ਰੌਚਕਤਾ ਵੀ ਆਉਣ ਵਾਲੀ ਆ। ਇੱਥੇ ਕਈ ਐਕਸਪੋਜ ਹੋਣਗੇ, ਕਈਆਂ ਨੂੰ ਆਪਣੇ ਸਟੈਂਡ ਬਦਲਣੇ ਪੈਣਗੇ, ਬਹੁਤ ਰਾਜਨੀਤੀ ਹੋਣ ਵਾਲੀ ਹੈ ਜੇ ਇੰਝ ਹੋ ਗਿਆ। ਵੇਖਣਾ ਦਿਲਚਸਪ ਹੋਊਗਾ, ਕਿਸਾਨੀ ਨੂੰ ਵੀ ਸਵਾਦ ਆਉਣਾ ਸ਼ੁਰੂ ਹੋਊਗਾ, ਵਿਚਾਰੇ ਸੰਘਰਸ਼ ਦਰ ਸੰਘਰਸ਼ ਦਰ ਸੰਘਰਸ਼ ਐਵੇਂ ਬੰਨਿਆਂ ਤੇ ਹੀ ਵੱਟਾਂ ਬੰਨਿਆਂ ਤੇ ਬੈਠੇ ਨੇ, ਕਦੇ ਐਸ ਰੋਡ ਤੇ ਕਦੇ ਉਸ ਰੋਡ ਤੇ। ਸ਼ਾਇਦ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੂੰ ਆਪਣੇ ਮੋਬਾਈਲ ਫੋਨਾਂ ਤੇ ਵੱਖ ਵੱਖ ਟੀਵੀ ਵੇਖਣ ਦਾ ਮੌਕਾ ਮਿਲ ਜੇ ਕੀ ਹੋ ਰਿਹਾ, ਕੀ ਸਾਡੀ ਗੱਲ ਉੱਥੇ ਹੋ ਰਹੀ ਆ। ਖੈਰ ਮੈਂ ਜੇ ਦੋ ਗੱਲਾਂ ਛੋਟੀਆਂ ਛੋਟੀਆਂ, ਇੱਕ ਤਾਂ ਅਸੀਂ ਪਾਵਰ ਕੱਟਸ ਦੇ ਉੱਤੇ ਵੀ ਜਾਣਾ ਹੈ, ਗਰਮੀ ਨੇ ਵੱਟ ਕੱਢ ਤੇ, ਪੰਜਾਬ ਬਹੁਤ ਬਹੁਤ ਪਿਛਲੀ ਵਾਰੀ ਸਰਦੀ ਬੜੀ ਪਈ, ਸਰਦੀ ਨੇ ਬੂਟੇ ਸਾੜ ਤੇ ਸੀ ਤੇ ਹੁਣ ਗਰਮੀ ਨੇ ਸਾੜ ਤੇ। ਮੈਨੂੰ ਲੱਗਦਾ ਇਹ ਸਾੜ ਕੁਦਰਤ ਸਾਡੇ ਨਾਲ ਕੱਢ ਰਹੀ ਹੈ, ਜਿਹੜਾ ਅਸੀਂ ਉਹਦਾ ਧਿਆਨ ਨਹੀਂ ਰੱਖਿਆ। ਉੱਥੇ ਜਾਂਦੇ ਹਾਂ, ਪਰ ਉਸ ਤੋਂ ਪਹਿਲਾਂ ਰਾਹੁਲ ਗਾਂਧੀ ਨੀਟ ਦਾ ਮਾਮਲਾ, ਅਸੀਂ ਪਿਛਲੇ ਦਿਨਾਂ 'ਚ ਲੈ ਨਹੀਂ ਸਕੇ, ਨੀਟ ਦਾ ਮਾਮਲਾ ਸਾਰੇ ਦੇਸ਼ ਵਿੱਚ ਬੜਾ ਭਖਿਆ, ਬਹੁਤ ਅਹਿਮ ਇਹ ਪੇਪਰ ਹੁੰਦਾ ਹੈ, ਇਹਦੀ ਲੀਕੇਜ ਦਾ ਮਾਮਲਾ, ਇਹਦੇ ਵਿੱਚ ਨਤੀਜਿਆਂ ਦਾ ਮਾਮਲਾ ਇਹ ਸੁਪਰੀਮ ਕੋਰਟ ਐਡਰੈਸ ਕਰ ਰਹੀ ਹੈ। ਪਰ ਨੀਟ ਦੇ ਬਹਾਨੇ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀ ਮਾਨਸਿਕਤਾ ਦੇ ਉੱਤੇ ਸਵਾਲ ਖੜੇ ਕਰ ਰਿਹਾ ਕਿ ਕੀ ਪ੍ਰਧਾਨ ਮੰਤਰੀ ਇਹਨਾਂ ਨਤੀਜਿਆਂ ਤੋਂ ਬਾਅਦ ਮਾਨਸਿਕ ਤੌਰ ਤੇ ਟੁੱਟੇ ਨੇ ਥੋੜੇ ਜਿਹੇ, ਉਹ ਬੋਲ ਨਹੀਂ ਰਹੇ। ਸੋ ਮੈਂ ਰਾਹੁਲ ਗਾਂਧੀ ਦੀ ਇਸ ਗੱਲ ਨੂੰ ਇੱਕ ਟਿੱਪਣੀ ਵਜੋਂ ਤੁਹਾਡੇ ਤੇ ਲਿਆਉਣਾ ਚਾਹੁੰਦਾ ਜੀ। ਇਹ ਬਹੁਤ ਬੜਾ ਮਾਮਲਾ ਹੈ ਦੇਸ਼ ਦੇ, ਐਡੇ ਐਡੇ ਇਗਜ਼ਾਮ ਮਤਲਬ ਦੇਸ਼ ਲੈਵਲ ਤੇ, ਜਿੱਥੇ ਤੁਸੀਂ ਕਹਿੰਦੇ ਹੋ ਕੋਈ ਕਰਪਸ਼ਨ ਦਾ ਮਤਲਬ ਹੀ ਨਹੀਂ, ਜਿੱਥੇ ਤੁਸੀਂ ਕਹਿੰਦੇ ਹੋ ਸਾਡੇ ਸਰਕਾਰ 'ਚ ਬਿਲਕੁਲ ਕੁਝ ਪਤਾ ਨਹੀਂ ਹਿੱਲੂਗਾ, ਇੰਨੀ ਸਟਰੋਂਗ ਸਰਕਾਰ ਹੈ, ਉੱਥੇ ਇਹੋ ਜਿਹੇ ਘੁਟਾਲੇ ਵਾਪਰ ਨੇ। ਪਹਿਲਾਂ ਮੱਧ ਪ੍ਰਦੇਸ਼ 'ਚ ਵਿਆਪਕ ਘੁਟਾਲਾ, ਐਡਾ ਵੱਡਾ ਘੁਟਾਲਾ ਸੀ ਇਹਨਾਂ ਮਾਮਲਿਆਂ ਦੇ ਵਿੱਚ, ਇਹਨਾਂ ਟਰੈਸਟਾਂ ਦੇ ਮਾਮਲਿਆਂ ਦੇ ਵਿੱਚ ਕਿੰਨੇ ਕਤਲ ਹੋ ਗਏ ਸੀ, ਜਿਹੜਾ ਜਿਹੜਾ ਬੰਦਾ ਆਈਡੈਂਟੀਫਾਈ ਹੁੰਦਾ ਸੀ ਮਾਰਿਆ ਜਾਂਦਾ ਸੀ, ਪਤਾ ਨਹੀਂ ਲੱਗਿਆ ਕਿਹਨੇ ਮਾਰਿਆ ਕੀ ਕੀਤਾ। ਇਹ ਜਿੱਡਾ ਵੱਡਾ ਗੱਠਜੋੜ ਹੈ, ਨੈਕਸਸ ਹੈ ਇੱਕ ਲੈਵਲ ਦਾ ਕਮਰਸ਼ੀਅਲ ਵਪਾਰਕ, ਇਹ ਸਾਰੇ ਮਾਮਲੇ 'ਚ ਹੁਣ ਸਾਹਮਣੇ ਆ ਰਿਹਾ, ਬੱਚੇ ਸਾਹਮਣੇ ਆ ਰਹੇ ਨੇ ਕਿ ਮੈਨੂੰ ਟੈਲੀਫੋਨ ਆਇਆ, ਉਹ ਕਹਿੰਦੇ ਨੇ ਇੰਨੇ ਲੱਖ ਰੁਪਇਆ ਦੇ ਦਿਓ ਤੇ ਤੈਨੂੰ ਦੇ ਦਿੰਦੇ ਹਾਂ, ਇੰਨਾ ਪਹਿਲਾਂ ਇੰਨੇ ਲੱਖ ਰੁਪਇਆ ਦੇ ਦਿਓ ਤੁਹਾਨੂੰ ਦੇ ਦਿੰਦੇ ਹਾਂ। ਤੇ ਇਹ ਜਦੋਂ ਇਹਦਾ ਮਤਲਬ ਇਹ ਤਾਂ ਓਪਨ ਸੀਕਰੇਟ ਵਾਂਗ ਚੱਲ ਰਿਹਾ, ਜੇ ਟੈਲੀਫੋਨਾਂ 'ਤੇ ਚੱਲ ਰਿਹਾ, ਕੋਈ ਬਾਕੀ ਚੀਜ਼ਾਂ ਚੱਲ ਰਹੀਆਂ ਨੇ ਸਾਰੀਆਂ। ਇਹ ਹੈ ਬਹੁਤ ਇੰਪੋਰਟੈਂਟ ਮਾਮਲਾ ਤੇ ਸੀਰੀਅਸਲੀ ਗੱਲ ਕਰਨ ਦਾ ਸਵਾਲ ਹੈ। ਰਾਹੁਲ ਗਾਂਧੀ ਮੇਰੇ ਖਿਆਲ ਹੈ ਪ੍ਰਾਈਮ ਮਿਨਿਸਟਰ ਨੂੰ ਉਕਸਾ ਰਹੇ ਨੇ ਥੋੜ੍ਹਾ ਜਿਹਾ ਕਿ ਕੁਝ ਤਾਂ ਬੋਲ ਇਦੋਂ ਪਹਿਲਾਂ, ਕਿਉਂਕਿ ਜਿਹੜੀ ਕੰਪੇਨ ਚੱਲਦੀ ਸੀ, ਜਦੋਂ ਇਲੈਕਸ਼ਨ ਕੰਪੇਨ ਚੱਲੀ ਹੈ, ਉਹਨਾਂ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਜਿਹੜੇ ਸ਼ਬਦ ਯੂਜ਼ ਕਰਦੇ ਸੀ ਪ੍ਰਧਾਨ ਮੰਤਰੀ ਉੱਤੇ ਰਿਐਕਟ ਕਰਦੇ ਸੀ ਜ਼ਰੂਰ, ਪ੍ਰਧਾਨ ਮੰਤਰੀ ਕਹਿੰਦੇ ਸੀ ਕੁਛ ਨਾ ਕੁਛ, ਔਰ ਰਾਹੁਲ ਗਾਂਧੀ ਇਹ ਕਹਿਣ ਲੱਗ ਗਏ ਸੀ ਦੱਸੋ ਪ੍ਰਧਾਨ ਮੰਤਰੀ ਤੋਂ ਕੀ ਬੁਲਵਾਉਣਾ ਤੇ ਮੈਂ ਬੁਲਵਾ ਦਿੰਦਾ, ਮੈਂ ਅੱਜ ਇਹ ਕਹੂੰਗਾ ਤੇ ਕੱਲ੍ਹ ਨੂੰ ਪ੍ਰਧਾਨ ਮੰਤਰੀ ਇਹ ਕਹਿਣਗੇ, ਇਹ ਜਿਹੜਾ ਇੱਕ ਕੌਨਫੀਡੈਂਸ ਆ ਗਿਆ ਸੀਗਾ। ਪਰ ਹੁਣ ਕਿਉਂਕਿ ਵੋਟਾਂ ਚਲੀਆਂ ਗਈਆਂ ਨੇ, ਉਦੋਂ ਸ਼ਾਇਦ ਪ੍ਰਧਾਨ ਮੰਤਰੀ ਦੀ ਮਜਬੂਰੀ ਹੋਵੇ ਕਹਿਣਾ, ਹੁਣ ਉਹ ਕਹਿੰਦੇ ਹੁਣ ਮਜਬੂਰੀ ਨਹੀਂ। ਪ੍ਰਧਾਨ ਮੰਤਰੀ ਤਾਂ ਮਣੀਪੁਰ ਤੇ ਇੰਨਾ ਲੰਮਾ ਸਮਾਂ ਨਹੀਂ ਬੋਲੇ, ਜਿੱਥੇ ਮੋਹਣ ਭਾਗਵਤ ਨੂੰ ਇਹ ਕਹਿਣਾ ਪਿਆ ਕਿ ਬਾਕੀ ਤਾਂ ਛੱਡੋ, ਬਾਕੀ ਤਾਂ ਚਲੋ ਵਿਰੋਧੀ ਤਾਂ ਕਹਿੰਦੇ ਨੇ ਬਾਕੀ ਚੀਜ਼ਾਂ ਤਾਂ ਕਰਨਾ ਹੀ ਹੁੰਦਾ, ਔਰ ਰਾਹੁਲ ਗਾਂਧੀ ਵੀ ਆਪ ਚਲਾ ਗਿਆ ਸੀ ਉੱਥੇ ਗੱਲ ਲੋਕਾਂ ਨਾਲ ਮਿਲ ਮੋਲੀ ਜੇ, ਪਰ ਪ੍ਰਧਾਨ ਮੰਤਰੀ ਨੇ ਅਡਜੋਰਨਮੈਂਟ ਮੋਸ਼ਨ ਆਉਣ ਦੇ ਬਾਵਜੂਦ, ਸਾਰੀਆਂ ਚੀਜ਼ਾਂ ਦੇ ਬਾਵਜੂਦ ਨਹੀਂ ਕੀਤਾ। ਮੋਹਣ ਭਾਗਵਤ ਨੇ ਕਹਿ ਤਾਂ ਕਿ ਉਹ
ਇੱਕ ਸਾਲ ਤੋਂ ਸ਼ਾਂਤੀ ਦੀ ਤਲਾਸ਼ ਚ ਨੇ, ਸੱਤਾ ਦੀ ਹੰਕਾਰ ਕਰਕੇ ਡੀਲਿੰਗ ਨਹੀਂ ਪ੍ਰੋਪਰ ਹੋਈ, ਤੇ ਜੇ ਉਦੋਂ ਨਹੀਂ ਬੋਲੇ ਸਭ ਦੇ ਕਹਿਣ ਤੇ ਤਾਂ ਹੁਣ ਪ੍ਰਧਾਨ ਮੰਤਰੀ ਨੇ ਕਿੰਨਾ ਕੁ ਬੋਲਣਾ? ਮੈਨੂੰ ਲੱਗਦਾ ਚੁੰਡੀ ਵੱਢਣ ਵਾਲਾ ਜਿਵੇਂ ਪੰਜਾਬੀ ਚ ਕਹਿੰਦੇ ਨੇ ਇੱਕ ਕੰਮ ਕਰਦੇ ਨੇ, ਰਾਹੁਲ ਵੀ ਸ਼ਾਇਦ ਇਸੇ ਘੱਟ ਢੰਗ ਨਾਲ ਪ੍ਰੋਵੋਕੇਸ਼ਨ ਚ ਆ ਕੇ ਬੰਦਾ ਬੋਲਦੇ ਕੁਛ ਨਾ ਕੁਛ ਇੱਥੇ ਬੋਲਣ ਤਾਂ ਸਹੀ। ਵੈਸੇ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਡੈਮੋਕ੍ਰੇਸੀ ਚ ਟਾਪ ਬੌਸ ਦੀ, ਪ੍ਰਧਾਨ ਦੀ, ਕਿ ਉਹ ਕਹਿਣ ਕੇ ਇਨਸਾਫ਼ ਹੋਏਗਾ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਆਹ ਜਾਂਚ ਟਾਈਮ ਬਾਉਂਡ ਹੋਏਗੀ, ਇਹਦੇ ਚ ਕੀ ਕਰਨਾ ਕੀ ਨਹੀਂ ਕਰਨਾ, ਇਹ ਇਹ ਭਰੋਸਾ ਤਾਂ ਦਵਾਉਣਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰਾਈਮ ਮਿਨਿਸਟਰ ਦੀ, ਬਾਕੀ ਤਾਂ ਜਿਵੇਂ ਚੱਲ ਰਿਹਾ ਸਿਸਟਮ ਸਾਡੇ ਸਾਹਮਣੇ ਹੀ। ਅੱਛਾ, ਮੈਂ ਲਾਸਟ ਵਿੱਚ ਹੁਣ ਬਿਜਲੀ ਦੀ ਬਹੁਤ ਮੰਗ ਪੰਜਾਬ ਚ ਵੱਧ ਗਈ ਤੇ ਪਾਵਰ ਕੱਟਸ ਲਈ ਪਾਵਰਕੌਮ ਨੂੰ PSPCL ਨੂੰ ਗੋ ਹੈਡ ਕਰਤਾ ਗਿਆ ਵੀ ਹਾਂ ਤੁਸੀਂ ਲਾ ਸਕਦੇ ਹੋ, ਤੇ ਜਦੋਂ ਕਿਸੇ ਅਦਾਰੇ ਨੂੰ ਤੁਸੀਂ ਇਹ ਹੱਕ ਦੇ ਦਿੰਦੇ ਹੋ ਵੀ ਆਪਣੇ ਅਨੁਸਾਰ ਕਰ ਲਓ, ਹਾਹਾਕਾਰ ਤਾਂ ਮੱਚਦੀ ਹੈ, ਇੱਕ ਬੰਨੇ ਬਹੁਤ ਗਰਮੀ ਦੂਜੇ ਬੰਨੇ ਬਿਜਲੀ ਦੀ ਕਿੱਲਤ ਜੇ ਹੁੰਦੀ ਹੈ ਤਾਂ ਹਾਹਾਕਾਰ ਤਾਂ ਮੱਚੂਗੀ। ਪਰ ਵੈਸੇ ਸਰਦਾਰ ਹਮੀਰ ਸਿੰਘ ਜੀ, ਪੰਜਾਬ ਜਿੰਨਾ ਮੱਚ ਰਿਹਾ ਅਦਰਵਾਈਜ਼, ਵੈਸੇ ਤੇ ਲੋਕ ਮਨਾਂ ਚ ਵੀ ਬੜੀ ਗਰਮੀ ਹੈ, ਪਰ ਜਿਹੜੀ ਤਪਸ਼ ਕੁਦਰਤ ਦੇ ਰਹੀ ਹੈ, ਮੈਨੂੰ ਲੱਗਦਾ ਇਹਦੇ ਉੱਤੇ ਵੀ ਸਾਡੀ ਸਟੇਟ ਨੂੰ ਹੁਣ ਜ਼ਿੰਮੇਵਾਰੀ ਨਾਲ ਅੱਗੇ ਵਧਣਾ ਪਊਗਾ। ਬਹੁਤ ਮਹਿਕਮੇ ਜਿਹੜੇ ਗੈਰ ਪ੍ਰਸੰਗਿਕ ਜੇ ਨੇ, ਕੰਮ ਹੀ ਨਹੀਂ ਕਰਦੇ, ਜੰਗਲਾਤ ਦਾ ਕੰਮ ਕੀ ਹੈ ਜੀ, ਕੋਈ ਨਿਸ਼ਾਨਦੇਹੀ ਨਹੀਂ ਕੀਤੀ ਜਾ ਰਹੀ, ਬੂਟੇ ਇੰਨੇ ਲਾਤੇ ਜਾਂਦੇ ਕਾਗਜ਼ਾਂ 'ਚ, ਕਿਧਰੇ ਬਾਅਦ 'ਚੋਂ ਨਜ਼ਰ ਨਹੀਂ ਆਉਂਦੇ, ਰਹਿੰਦੀ ਖੁੰਦੀ ਕਸਰ ਅਸੀਂ ਸਾਰੇ ਅੱਗਾਂ ਉੱਗਾਂ ਲਾ ਕੇ ਸਾੜ ਕੇ ਕੱਢ ਦਿੰਦੇ ਹਾਂ। ਸੋ ਜੇ ਮੈਂ ਇਸ ਸਾਰੇ ਪੁਆਇੰਟ 'ਤੇ ਤੁਹਾਡੇ, ਕਿਉਂਕਿ ਹੁਣ ਹੁਣ ਇਹ ਝੁਲਸਣ ਲੱਗ ਗਈ ਗਰਮੀ, ਹੁਣ ਇਹ ਸਾਡੇ ਤੱਕ ਪਹੁੰਚ ਗਈ, ਪਹਿਲਾਂ ਤਾਂ ਸਾਨੂੰ ਲੱਗਦਾ ਸੀ ਵੀ ਓੜ ਪੌੜ ਹੋ ਜਾਂਦੇ ਆ, ਲੇਕਿਨ ਹੁਣ ਇੰਝ ਲੱਗਣ ਲੱਗਿਆ ਕਿ ਗਲਤੀਆਂ ਸਾਡੀਆਂ ਨੇ। ਜੇ ਮਾਰੂਥਲਾਂ ਦੇ ਵਿੱਚ ਵੀ ਲੋਕਾਂ ਨੇ ਆਪਣੇ ਸਿਸਟਮ ਬਿਹਤਰ ਕਰ ਲਏ ਨੇ, ਟੈਂਪਰੇਚਰ ਡਾਊਨ ਕਰ ਲਿਆ, ਤਾਂ ਪੰਜਾਬ ਵਰਗਾ ਜਿਹੜਾ ਏਰੀਆ ਜਿੱਥੇ ਨਹਿਰਾਂ ਦਾ ਜਾਲ ਸੀ, ਜਿੱਥੇ ਪਾਣੀ ਹੀ ਪਾਣੀ ਸੀ, ਤੇ ਜਿੱਥੇ ਰੁੱਖ ਹੀ ਰੁੱਖ ਹੋ ਸਕਦੇ ਨੇ, ਜਿੱਥੇ ਬਲਹਾਰੀ ਕੁਦਰਤ ਵਸਿਆ ਦਾ ਕਨਸੈਪਟ ਪ੍ਰਵੇਲ ਕਰਦਾ ਹੋਵੇ, ਉੱਥੇ ਸਾਡੇ ਨਾਲ ਆਹ ਕੁਝ ਵਾਪਰ ਰਿਹਾ ਜੀ। ਬਿਲਕੁਲ ਠੀਕ ਹੈ ਕਿ ਵੈਸੇ ਤਾਂ ਇਹ ਗੱਲ ਓਵਰਆਲ ਗਲੋਬਲ ਪ੍ਰੋਬਲਮ ਹੈ, ਆਲਮੀ ਤਪਸ਼ ਦੀ ਪ੍ਰੋਬਲਮ ਹੈ, ਸਾਰੀ ਦੁਨੀਆ ਦੀ ਚਿੰਤਾ ਦਾ ਸਵਾਲ ਹੈ ਕਿ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ, ਜਿੱਥੇ ਸਿੰਗਲ ਵਿੰਡੋ ਸਿਸਟਮ ਹੋਏਗਾ, ਇੰਡਸਟਰੀਅਲ ਕਲੀਅਰ ਸਾਰੇ, ਕੋਈ ਨਹੀਂ ਪੁੱਛੂਗਾ ਜੇ ਕਿੰਨਾ ਇਨਵਾਇਰਮੈਂਟ ਤੇ ਅਸਰ ਹੈ, ਕਿੰਨਾ ਫਲਾਨਾ ਹੈ, ਇਹ ਉੱਧਰ ਹੀ ਜਾਏਗਾ। ਔਰ ਇਹ ਅਲੱਗ ਗੱਲ ਹੈ ਕਿ ਜਿਵੇਂ ਆਮ ਆਪਾਂ ਕਹੀਏ ਕਿ ਸਾਡੇ ਅਸਰ ਥੋੜ੍ਹਾ ਜਿਹਾ ਵਰਗ ਦੇ ਮੁਤਾਬਕ ਪੈਂਦਾ, ਇਕਨੋਮਿਕ ਸਟੇਟਸ ਦੇ ਮੁਤਾਬਕ ਪੈਂਦਾ, ਤੇ ਦੂਜੇ ਬੰਦੇ ਬੰਦੋਬਸਤ ਕਰ ਲੈਂਦੇ ਨੇ, ਉਵੇਂ ਅਮੀਰ ਦੇਸ਼ ਥੋੜਾ ਜਿਹਾ ਬੰਦੋਬਸਤ ਕਰ ਰਹੇ ਨੇ ਆਪਣਾ ਟੈਂਪਰੇਰੀ ਤੌਰ ਦੇ ਉੱਤੇ, ਪਰ ਇਹ ਇਨ ਦੀ ਲੌਂਗ ਰਨ ਕੋਈ ਬੰਦੋਬਸਤ ਨਹੀਂ ਚੱਲ ਸਕਣਗੇ, ਸਭ ਕੁਝ ਫਲਾਪ ਹੋ ਜਾਂਦਾ, ਨੇਚਰ ਦੇ ਵੱਡੇ ਡੰਡੇ ਦੇ ਸਾਹਮਣੇ ਨਾ ਸਭ ਕੁਝ ਲਬ ਲੇਟ ਹੋ ਜਾਂਦਾ, ਉਹ ਟਾਈਮ ਦੀ ਉਹ ਗੱਲ ਹੁੰਦੀ ਹੈ, ਕੋਈ ਥੋੜਾ ਜਿਹਾ ਜ਼ਿਆਦਾ ਕੱਢ ਜੇ, ਥੋੜਾ ਜਿਹਾ ਘੱਟ ਸਭ ਕੱਢ ਜੇ। ਇਸੇ ਲਈ ਜਿਹੜਾ ਇੱਕ ਗ੍ਰੀਨ ਇਕਨੋਮਿਕਸ ਦਾ ਕਨਸੈਪਟ ਹੈ ਜਾਂ ਉਸ ਲੈਵਲ ਤੇ ਗ੍ਰੀਨ ਫਿਲਾਸਫੀ ਦਾ ਕਨਸੈਪਟ ਹੈ, ਦੁਨੀਆ 'ਚ ਗ੍ਰੀਨ ਪਾਰਟੀਆਂ ਬਣੀਆਂ ਨੇ ਇਹਨਾਂ ਮੁੱਦਿਆਂ ਦੇ ਉੱਤੇ ਕਿ ਕਿਵੇਂ ਸਾਨੂੰ ਮਾਡਲ ਨੂੰ ਚੈਲੰਜ ਕਰਨਾ ਪਏਗਾ, ਉਹ ਅਜੇ ਸਾਡੇ ਗੱਲ ਚੱਲਣੀ ਵੀ ਮੇਰੇ ਖਿਆਲ ਹੈ ਬਹੁਤ ਕਦੇ ਕਦੇ ਚੱਲਦੀ ਹੈ, ਕਮਜ਼ੋਰ ਹੈ ਬਹੁਤ, ਅਜੇ ਅੱਗੇ ਤਾਂ ਗੱਲ ਕੀ ਕਰਨੀ ਹੈ। ਔਰ ਸਾਡੇ ਤਾਂ ਅਜੇ ਵੀ ਕਿਹਾ ਜਾਂਦਾ ਜੀ ਇਹ ਬਾਤਾਂ ਉਹਦੇ ਵਿਰੋਧੀ ਨੇ, ਵਿਕਾਸ ਵਿਰੋਧੀ ਨੇ, ਜੇਕਰ ਕੋਈ ਮਾੜਾ ਮੋਟਾ ਇਹ ਕਹਿੰਦਾ ਵੀ ਇੱਥੇ ਨਾ ਲਾਓ, ਆਹ ਕਰੋ, ਆਹ ਕਰੋ, ਤਾਂ ਅਸੀਂ ਹੋਰ ਤਰੀਕੇ ਦੀ ਗੱਲ ਕਰਦੇ ਹਾਂ। ਬਿਲਕੁਲ ਇਹ ਗੱਲ ਵਾਜਿਬ ਹੈ ਕਿ ਓਵਰਆਲ ਡਿਵੈਲਪਮੈਂਟ ਦਾ ਮਾਡਲ ਦੇਖਣਾ ਪਏਗਾ, ਫਿਰ ਉਸ ਮਾਡਲ ਦੇ ਨਾਲ ਜਿਹੜੀਆਂ ਪ੍ਰੋ ਨੇਚਰ ਤੇ ਪ੍ਰੋ ਮੈਨ ਜਿਹੜੀਆਂ ਪੋਲਿਸੀਜ਼ ਨੇ ਉਹ ਕਿਵੇਂ ਨੇ, ਇਹ ਬੁਨਿਆਦੀ ਧਰਾਤਲ ਤੋਂ ਇਹ ਆਧਾਰ ਬਣਾਉਣਾ ਪਏਗਾ, ਤਾਂ ਕਰਕੇ ਇੱਕ ਤਾਂ ਗੱਲ ਉਹ ਹੋਏਗੀ। ਦੂਜਾ ਇਮੀਡੀਏਟ ਸਵਾਲ ਵੀ ਹੈਗੇ ਨੇ, ਤੁਰੰਤ ਵਾਲੇ ਸਵਾਲ ਕਿ ਅਸੀਂ ਪਾਣੀ ਦੀ ਵਰਤੋਂ ਕਿਵੇਂ ਕਰਦੇ ਹਾਂ, ਬੂਟੇ ਕਿਉਂ ਨਹੀਂ ਲਾਉਂਦੇ, ਬੂਟੇ ਪਟਾ ਕਿਉਂ ਦਿੰਦੇ ਹਾਂ, ਇੰਨੇ ਬੂਟੇ ਲੱਗਦੇ ਨੇ ਤਾਂ ਉਹ 'ਚ ਕਰਪਸ਼ਨ ਕਿਉਂ ਹੈ, ਤੇ ਉਹ ਹੁੰਦੇ ਕਿਉਂ ਨਹੀਂ, ਹੁਣ ਤਾਂ ਬੀੜ ਹੋ ਜਾਣਾ ਚਾਹੀਦਾ ਸੀ,
ਉਹ ਸਾਰੀਆਂ ਚੀਜ਼ਾਂ ਵੀ ਆਪਣੀ ਜਗ੍ਹਾ ਹੈਗੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਲਗਾਤਾਰ ਸਰਦੀ ਵੇਲੇ ਸਰਦੀ ਤੇ ਇੱਥੇ ਜਦੋਂ ਹੜ੍ਹਾਂ ਵੇਲੇ ਹੜ੍ਹ ਜ਼ਿਆਦਾ ਆਉਂਦੇ ਨੇ ਤੇ ਗਰਮੀਆਂ, ਇਕੱਲਾ ਇੱਥੇ ਨਹੀਂ ਹੈ, ਈਵਨ ਅਮਰੀਕਾ ਤੇ ਬਾਕੀ ਜਗ੍ਹਾ ਵੀ ਤੁਸੀਂ ਦੇਖੋ ਕੈਲੀਫੋਰਨੀਆ ਦਾ ਕੀ ਹਾਲ ਹੋ ਗਿਆ ਸੀ ਪਿਛਲੇ ਸਾਲ ਤਪਸ ਦੇ ਨਾਲ, ਫਿਰ ਵੱਖ ਵੱਖ ਮਾਮਲਿਆਂ ਚ ਕੈਨੇਡਾ ਦੇ ਵਿੱਚ ਕਿੰਨੇ ਮਾਮਲਿਆਂ ਚ, ਵੱਖ ਵੱਖ ਮਾਮਲਿਆਂ ਦੇ ਵਿੱਚ ਕਿੰਨਾ ਜ਼ਿਆਦਾ ਅਨਕੰਟਰੋਲਡ ਹੋ ਗਿਆ ਸਿਸਟਮ। ਓਵਰਆਲ ਇਹ ਬਹੁਤ ਚਿੰਤਾ ਦਾ ਕੁਐਸਚਨ ਹੈ, ਜਿਹੜੇ ਚ ਡਿਵੈਲਪਿੰਗ ਦੇਸ਼ ਵਾਲੇ ਇਹ ਜਿਹੜੇ ਮੰਗਦੇ ਨੇ ਨਾ ਕਿ ਪੈਸੇ ਦਿਓ, ਓਵਰਆਲ ਪੈਸੇ, ਤੇ ਪੈਸੇ ਦੇਣ ਲਈ ਤਿਆਰ ਨਹੀਂ ਹੈ ਡਿਵੈਲਪਡ ਵਰਲਡ। ਉਸ 'ਚ ਜਿਹੜਾ ਪੈਰਿਸ ਐਗਰੀਮੈਂਟ ਹੋਇਆ ਸੀ ਉਹ ਇੰਪਲੀਮੈਂਟ ਨਹੀਂ 2015 ਦਾ, ਬਹੁਤ ਬੜੇ ਗਲੋਬਲ ਸਵਾਲ ਇਹਦੇ ਵਿੱਚ ਇਨਵੋਲਵ ਨੇ, ਇਕੱਲੇ ਸਾਡੇ ਨਹੀਂ। ਸਾਡੇ ਤਾਂ ਖੈਰ ਹਜੇ ਬਹੁਤ ਨਿਚਲੇ ਲੈਵਲ ਦੀ ਸਿਆਸਤ ਹੈ, ਬਿਊਰੋਕਰੇਟ ਹੈ, ਉਹ ਪੈਸੇ ਖਾਣ ਤੋਂ ਹੀ ਨਹੀਂ ਬਾਹਰ ਜਾ ਰਹੇ। ਬਾਕੀ ਤਾਂ ਗੱਲ ਦੂਰ ਦੀ ਗੱਲ ਹੈ ਕਿ ਅਸੀਂ ਅਜੇ ਪੋਲਿਸੀ ਮੇਕਿੰਗ ਦੇ ਵਿੱਚ ਇੱਥੇ ਜਾਈਏ, ਇਹ ਜਾਣ ਦੀ ਲੋੜ ਪਏਗੀ। ਰੌਲਾ ਇਹ ਨਹੀਂ ਕਿ ਪਹਿਲਾਂ ਗਰੀਬ ਮਰਦਾ ਜਾਂ ਛੋਟਾ ਮਰਦਾ, ਮਰਨਾ ਫਿਰ ਸਭ ਨਹੀਂ ਹੈ, ਸਾਰੇ ਇਹੋ ਜਿਹੀ ਤਪਸ ਦੇ ਵਿੱਚ। ਕੋਈ ਏਸੀ ਲਾ ਲੂਗਾ, ਏਸੀ ਵੀ ਫਲੋਪ ਹੋ ਜਾਣਗੇ, ਇੱਕ ਦੋ ਹੋਰ ਵਗ ਜੇ ਡਿਗਰੀ ਤੇ ਉਹ ਵੀ ਨਹੀਂ ਕੰਮ ਕਰਨਗੇ, ਤੇ ਬਾਕੀ ਤੇ ਫਿਰ ਬਿਜਲੀ ਦੀ ਖਪਤ ਕਿੰਨੀ ਹੋਏਗੀ ਤੁਹਾਡੀ, ਉਹ ਖਪਤ ਤੁਸੀਂ ਕਿੱਥੋਂ ਲਿਆਓਗੇ, ਲਿਆ ਵੀ ਸਕਦੇ ਹੋ ਜਾਂ ਨਹੀਂ, ਤੁਹਾਡੇ ਕੋਲ ਕਿੱਥੋਂ ਆ ਜਾਏਗੀ ਇਹ ਸਾਰੀ ਚੀਜ਼। ਉਹਦੇ ਚ ਹੁਣ ਇੰਡਸਟਰੀ ਕੋਲ ਗਏ ਸੀਗੇ, ਮਤਲਬ ਪਾਵਰਕੌਮ ਵਾਲੇ, ਕਿ ਸਾਨੂੰ ਇੰਡਸਟਰੀ ਵੀਕਲੀ ਆ 2 ਦਿਨ ਜਾਂ ਇੰਨੇ ਦਿਨ ਬੰਦ ਕਰਨ ਦੀ ਮਨਜ਼ੂਰੀ ਦੇ ਦਿਓ। ਉਹਨਾਂ ਨੇ ਕਿਹਾ ਨਹੀਂ ਜੀ, ਇੱਕ ਸੈਕਸ਼ਨ ਨੂੰ ਇੰਨਾ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ, ਤੁਸੀਂ ਜਨਰਲ ਕੱਟ ਦੇਖ ਕੇ ਲਾਓ ਜਿਹੜੇ ਜਿਹੜੇ ਨੇ ਵੱਖ ਵੱਖ ਮਾਮਲਿਆਂ ਦੇ ਉੱਤੇ। ਹੁਣ ਇੱਕ ਰੌਲਾ ਤਾਂ ਇਹ ਵੀ ਹੈ, ਜਿਹੜੇ ਸੱਜਣ ਨੇ PSERC ਚ ਬੈਠੇ ਹੋਣਗੇ ਕੋਈ, ਜਾਂ ਚਾਹੇ ਪਾਵਰਕੌਮ ਚ ਜਿੱਥੇ ਵੀ ਬੈਠਦੇ ਨੇ, ਸ਼ਾਇਦ ਇੱਕ ਵਰਗ ਇਹੋ ਜਿਹਾ ਜਿਹਦੇ ਕੋਲ ਜੇ ਤੁਸੀਂ ਕੱਟ ਵੀ ਲਾ ਦੋਗੇ, ਜਨਰੇਟਰ ਹੋਣਗੇ, ਵੱਡੀਆਂ ਸੁਸਾਇਟੀਆਂ ਚ ਨੇ ਚੰਡੀਗੜ੍ਹ ਦੀਆਂ ਸਾਰੀਆਂ ਚ, ਉਹ 2-2, 4-4 ਸੌ ਹੋਰ ਲੈ ਲੈਂਦੇ ਨੇ, ਜਿੱਥੇ ਇੱਕ ਸਕਿੰਟ ਦਾ ਕੋਈ ਬਾਹਲਾ ਫਰਕ ਨਹੀਂ ਪੈਂਦਾ ਤੇ ਦੁਬਾਰਾ ਚੱਲ ਜਾਂਦਾ ਹੈ। ਜੇ ਉਹ ਨਹੀਂ ਹੈ ਤਾਂ ਘੱਟੋ ਘੱਟ ਬਾਕੀ ਦੇ ਕੋਈ ਸਾਧਨ ਥੋੜੇ ਬਹੁਤ ਹੋਏ ਨੇ, ਖੁੱਲੇ ਘਰ ਨੇ, ਹਵਾ ਹੁਵਾ ਜਿੰਨੀ ਕੁ ਆਉਂਦੀ ਆ ਹੀ ਜਾਊਗੀ, ਛੱਤਾਂ ਉੱਚੀਆਂ ਰੱਖ ਲੈਣਗੇ ਜਿਹਨਾਂ ਕੋਲ ਹੋਊਗਾ। ਪਰ ਜਿਹੜਾ ਉਦੋਂ ਲੋਅਰ ਮਿਡਲ ਕਲਾਸ ਤੇ ਬਾਕੀ ਬੰਦਾ ਮਰੂਗਾ ਤੇ ਜਿਹੜਾ ਜਮਾਂ ਝੁਲਸਿਆ ਜਾਊਗਾ ਉਹਦੇ ਵੱਲ ਵੀ ਧਿਆਨ ਰੱਖੋ। ਜੇ ਇੱਕਾ ਦੁੱਕਾ ਦਿਨ, ਜੇ 5-4 ਦਿਨ ਕੋਈ ਇੰਡਸਟਰੀ ਜਾਂ ਇੱਧਰ ਉੱਧਰ ਕੋਈ ਕਰਨਾ ਵੀ ਪੈਂਦਾ ਤੇ ਉਹਨਾਂ ਲੋਕਾਂ ਦੇ ਘਰੇ ਘੱਟੋ ਘੱਟ ਪੱਖਾ ਤਾਂ ਚੱਲਦਾ ਰਹੇ, ਮਾੜਾ ਮਾਟਾ ਸਾਹ ਆਉਂਦਾ ਰਹੇ, ਜੇ ਘਰੇਲੂ ਬਿਜਲੀ ਤਾਂ ਐਂ ਕੱਟ ਦਿਓਗੇ ਇਕੱਲੀ। ਹਾਂ, ਇਹ ਸਰਕਾਰ ਨੇ ਵੀ ਦੇਖਣਾ ਘਰੇਲੂ ਬਿਜਲੀ, ਜੇ ਤੁਸੀਂ 300 ਯੂਨਿਟ ਮੁਫ਼ਤ ਤਾਂ ਦੇ ਰਹੇ ਹੋ, ਜੇ ਆਏਗੀ ਉਹ ਨਹੀਂ ਤੁਸੀਂ ਕੱਟ ਲਾ ਦੋਗੇ ਤਾਂ ਮੁਫ਼ਤ ਦਾ ਵੀ ਕੀ ਸਹਾਰਾ ਲੋਕਾਂ ਨੂੰ ਤੇ ਬਾਕੀ ਵੀ ਕੀ ਰਹਿ ਜੂਗਾ। ਬਿਜਲੀ ਦਿਓ, ਥੋੜੇ ਬਹੁਤ ਪੈਸੇ ਲੈ ਲਓ, ਪਰ ਪੱਖਾ ਪੁੱਖਾ ਚੱਲਣ ਜੋਗੀ ਤਾਂ ਦਿਓ ਨਾ, ਜੇ ਬਾਕੀ ਨਹੀਂ ਦੇ ਸਕਦੇ ਇੰਨਾ ਨਾ ਮਾਰੋ। ਹਾਂ, ਪਰ ਰੌਲਾ ਕੁਦਰਤ ਦੇ ਸਹਾਰੇ ਚੱਲਦਾ, ਸਾਡੀ ਤਾਂ ਖੇਤੀ, ਸਾਡੇ ਭੰਡਾਰ, ਸਾਡਾ ਅਜੇ ਤੱਕ ਪੂਰਾ ਇਕਨੋਮਿਕ ਢਾਂਚਾ ਉਹ ਮਾਨਸੂਨ ਨਾਲ ਜੁੜਿਆ ਹੋਇਆ, ਅਜੇ ਕੁਦਰਤ ਤੋਂ ਬਾਹਰ ਜਾ ਨਹੀਂ ਸਕਦੇ। ਜੇ ਮਾਨਸੂਨ ਬੈਟਰ ਪਏਗੀ ਤਾਂ ਭੰਡਾਰ ਭਰੇ ਜਾਣਗੇ, ਮਾਨਸੂਨ ਨਾਰਾਜ਼ ਹੋ ਜਾਏਗੀ, ਕੁਦਰਤ ਨਾਰਾਜ਼ ਹੋ ਜਾਏਗੀ ਤਾਂ ਤੁਹਾਡੇ ਭੰਡਾਰ ਵੀ ਉੱਡ ਜਾਂਦੇ ਨੇ, ਪਤਾ ਨਹੀਂ ਲੱਗਦਾ, ਇੱਕ ਮਾਨਸੂਨ ਉਡਾ ਦਿੰਦੀ ਆ ਸਾਰੇ ਦੇ ਸਾਰੇ ਭੰਡਾਰ ਜਿਹੜੇ ਇਹ ਗੱਲ ਕਰ ਰਹੇ ਹੋ। ਇਸੇ ਕਰਕੇ ਐਤਕੀ ਦਾ ਮਤਲਬ ਇਹ ਜ਼ਰੂਰ ਹੈ, ਕਹਿੰਦੇ ਨੇ 25 ਤਰੀਕ ਨੂੰ ਮਾਨਸੂਨ ਆ ਜਾਏਗੀ, ਚਲੋ ਕਿੰਨੇ 20 ਤਰੀਕ ਤਾਂ ਸ਼ਾਇਦ ਅੱਜ ਹੋ ਹੀ ਗਈ ਹੈ, 21 ਤਰੀਕ ਹੋ ਗਈ ਹੈ, 2-4 ਦਿਨ 'ਚ ਆਟੋਮੈਟਿਕਲੀ ਰੌਲਾ ਰੱਪਾ ਜਿਹਾ ਪੈ ਕੇ ਨਾ ਤੇ ਕੁਦਰਤ ਫਿਰ ਇੰਟਰਵੀਨ ਕਰ ਲੈਂਦੀ ਹੈ ਵੀ ਅਜੇ ਇੰਨੀ ਕਹਿਰਬਾਨ ਨਹੀਂ ਹੋਣਾ, ਥੋੜ੍ਹਾ ਜਿਹਾ ਚਲਾਓ। ਪਰ ਇਹ ਚੇਤਾਵਨੀ ਦੇ ਰਹੀ ਹੈ, ਵਾਰ ਵਾਰ ਚੁਣੌਤੀ ਪੇਸ਼ ਕਰ ਰਹੀ ਹੈ ਵਾਰ ਵਾਰ ਵੀ ਇਹ ਖੇਡ ਚੱਲਣੀ ਨਹੀਂ ਬਹੁਤੀ ਦੇਰ, ਇੱਧਰ ਧਿਆਨ ਦਿਓ, ਸੀਰੀਅਸ ਹੋ, ਇਨਵਾਇਰਮੈਂਟ ਦਾ ਮੁੱਦਾ ਕਿੱਡਾ ਸੀਰੀਅਸ ਮੁੱਦਾ, ਕਿੱਡਾ ਪੋਲੀਟੀਕਲ ਮੁੱਦਾ, ਇਹ ਇਕੱਲਾ ਦੂਜਾ ਮੁੱਦਾ ਨਹੀਂ, ਇਹ ਪੋਲੀਟੀਕਲ ਪ੍ਰਾਈਮ ਮੁੱਦਾ, ਇਹਦੇ ਆਧਾਰ ਤੇ ਜੇ ਵੋਟਾਂ ਨਹੀਂ ਪੈਣੀਆਂ ਸ਼ੁਰੂ ਹੁੰਦੀਆਂ ਤੇ ਇੱਧਰ ਝਾਤ ਕਿਸੇ ਨੇ ਨਹੀਂ ਮਾਰਨੀ, ਇਸ ਲਈ ਇਹ ਲੋਕਾਂ ਦੇ ਸਮਝ ਚ ਵੀ ਆਉਣਾ ਚਾਹੀਦਾ ਕਿ ਕਿੱਡਾ ਮਹੱਤਵਪੂਰਨ।
ਆਉਣਾ ਵੀ ਚਾਹੀਦਾ, ਲੋਕਾਂ ਨੂੰ ਆਪ ਵੀ ਧਿਆਨ ਦੇਣ ਦੀ ਲੋੜ ਆ। ਧਰਤੀ ਹੇਠਲਾ ਪਾਣੀ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਨਾਲ ਮੁੱਕ ਰਿਹਾ। ਹੁਣ ਜਦੋਂ ਅੰਕੜੇ ਸਾਹਮਣੇ ਆਉਂਦੇ ਨੇ, ਵਾਰ ਵਾਰ ਆਉਂਦੇ ਨੇ, ਹਰ ਸਾਲ ਇਹ ਥੱਲੇ ਜਾ ਰਿਹਾ, ਤਾਂ ਉਹਦੇ ਨਾਲ ਸਾਨੂੰ ਕਿਤੇ ਤਾਂ ਜਾਗਣਾ ਪਊਗਾ। ਅਜੇ ਵੀ ਅਸੀਂ ਕਿੰਨੇ ਧਰਤੀ ਦੇ ਥੱਲਿਓਂ ਵੇਖੋ ਟਿਊਬਵੈੱਲ ਰੋਜ਼ ਚੱਲ ਚੱਲ ਕੇ ਪਾਣੀ ਨਿਕਲ ਰਿਹਾ। ਜੇ ਉਹਦੇ ਬਦਲਵੀਂ ਖੇਤੀ ਕੋਈ ਹੋ ਸਕੇ ਤਾਂ ਮੈਂ ਜ਼ਰੂਰ ਕਿਸਾਨ ਭਰਾਵਾਂ ਨੂੰ ਕਹੂੰਗਾ, ਕੋਈ ਬਦਲਵਾਂ ਮਾਡਲ ਜ਼ਰੂਰ ਲੱਭੋ। ਤੁਸੀਂ ਕਰ ਸਕਦੇ ਹੋ, ਕਿਸੇ ਸਰਕਾਰ ਨੇ ਨਹੀਂ ਕਰਨਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ ਜੀ।